ਸਤਨਾਮ ਸ੍ਰੀ ਵਾਹਿਗੁਰੂ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅਕਾਲ ਆਏ ਅਨਕ ਜਨਮ ਭਰਮ ਸਰਨੀ उदर देह अंध कूप ते लाभो अपने चरनी ज्ञान ध्यान किस कर्म न जाना नाहिन निर्मल करनी साध संगत कै अंतल लाभो बिकम न दी जाय तरनी सुख संपत माया रस मीठे ए हर दर्शन तृप्त नानक दास पावत हर नाम रंग भरनी वाहिगुरु भाग ठड़े हर संत तुम्हारे वाहिगुरु Thank you.
पाद छड़े हर संत तुम्हारे जिन कर धन हर नामा परवान गणी से आए सफल तना के कामा मेरे राम हर जन कह हाँ बल जाई केसा का कर जबर टुलावा चरण तूर मुख लाई रहाओ जन्म मरण दोहूं मैं नाही जन पर उपकारी आए जी दान दे भक्ति लाइन हर सिउ लैन मिलाए सच्चा अमर सच्ची पातशाही सच्ची सीती राते सच्चा सुख सच्ची वड्याई जिसके से तिन जाते पखा फेरे पानी ढोवा हर जन कै पीसन पीस कमावा नानक के प्रपास बिनती तेरे जन देखन पावा वाहिगुरु तेरे जन देखन पावा सतगुर वासे होवे मैं तेरे जन देखन पावा सतगुर वासे होवे ਕੰਮ ਕਰ ਵਿਹਾਰ ਛੱਡ ਕੇ ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਹਰੀ ਜਸ ਕੀਰਤਨ ਅਤੇ ਬਾਬਾ ਗੁਰਪ੍ਰੀਤ ਸਿੰਘ ਜੀ ਨਮਾਦੇ ਵਾਲੇ
ਜੋ ਸਥਾਨ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੂ ਵਾਲਿਆਂ ਦਾ ਹੈ ਜਿਹੜੇ ਬੜੇ ਮਹਾਨ ਵਿਦਵਾਨ ਮਹਾਂਪੁਰਸ਼ ਹੋਏ ਹੈ ਉਹਨਾਂ ਦੇ ਸਥਾਨ ਤੇ ਸੇਵਾ ਕਰਾਉਂਦੇ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਸੰਗਤਾਂ ਨੂੰ ਵਿਚਾਰਾਂ ਸਰਵਣ ਕਰਾਈਆਂ ਹੋਰ ਵੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਜਿਵੇਂ ਕੋਟ ਨਗਰ ਤੋਂ ਜਹਿਦਰ ਜੀ ਪਹੁੰਚਿਆ ਗਾਜ਼ੀਪੁਰ ਤੋਂ ਬੰਬੜੇ ਤੋਂ ਡਾਕਟਰ ਸਾਹਿਬ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਉਹ ਠਸਕਾ ਪਿੰਡ ਹੈ ਸਮਾਲਾਬਾਦ ਕੋਲ ਉੱਥੋਂ ਵੀ ਗੁਰਮੁਖ ਪਹੁੰਚੇ ਆ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਦੂਰੋਂ ਆ ਕੇ ਲਾਹਾ ਲੈ ਲੈਂਦੇ ਆ ਜਿਨ੍ਹਾਂ ਦੇ ਕਰਮਾਂ ਚ ਨਹੀਂ ਉਹ ਨੇੜੇ ਬੈਠੇ ਵੀ ਵਾਂਝੇ ਰਹਿ ਜਾਂਦੇ ਕਾਫੀ ਸੰਗਤ ਸਮੇਂ ਤੋਂ ਸੰਗਤ ਲਾਹਾ ਲੈ ਰਹੀ ਹੈ ਥੋੜਾ ਜਿਹਾ ਸਮਾਂ ਹੋਰ ਹੈ ਆਪਣੇ ਕੋਲ ਜਿਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ ਸਫਲਿਆ ਕਰਨਾ ਹੈ ਲੇਖੇ ਵੀ ਚਲਾਉਣਾ ਹੈ ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਨੂਰਪੁਰ ਦੀ ਸੰਗਤ ਨੂੰ ਐਤਕੀ ਤਿੰਨ ਦੀਵਾਨ ਮਿਲੇ ਹਨ ਅੱਜ ਤੀਸਰਾ ਦੀਵਾਨ ਪ੍ਰਾਰੰਭ ਹੈ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ ਤਿੰਨ ਦਿਨਾਂ ਤੋਂ ਗੁਰੂ ਕੇ ਲੰਗਰ ਚੱਲ ਰਹੇ ਨੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਸਾਰੇ ਨਗਰ ਦੀ ਸੰਗਤ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਹੀਆਂ ਨੇ ਭਾਵੇਂ ਅੱਜ ਸਵੇਰੇ ਕਣੀਆਂ ਵੀ ਪਈਆਂ ਪਰ ਫਿਰ ਵੀ ਆਪਾਂ ਪੰਡਾਲ 'ਚ ਗਰਮੀ ਜੀ ਮਹਿਸੂਸ ਕਰਦੇ ਹਾਂ ਪਰ ਜਿਹੜੀਆਂ ਮਾਈਆਂ ਤਵੀਆਂ ਕੋਲ ਬਹਿ ਕੇ ਸਵੇਰ ਦਾ ਪ੍ਰਸ਼ਾਦੇ ਪੁਕਾ ਰਹੀਆਂ ਨੇ ਬਹੁਤ ਮਾਈਆਂ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰ ਰਹੀਆਂ ਨੇ ਪਰ ਬਹੁਤੀਆਂ ਨੇ ਗੱਲਾਂ ਦਾ ਵੀ ਆਨੰਦ ਲਿਆ ਹੋਣਾ ਉਹਨਾਂ ਨੇ ਸੇਵਾ ਕੀਤੀ ਵੀ ਨਹੀਂ ਹੋਣੀ ਬਹਿ ਕੇ ਗੱਲਾਂ ਚੁਗਲੀਆਂ ਕਰ ਲਈਆਂ ਹੋਣਗੀਆਂ ਰੱਜ ਗਈਆਂ ਹੋਣਗੀਆਂ ਹੁਣ ਤਾਂ ਜਿਨ੍ਹਾਂ ਨੇ ਇੱਕ ਪ੍ਰਸ਼ਾਦਾ ਪਕਾਇਆ ਉਹਨਾਂ ਨੂੰ ਇੱਕ ਪ੍ਰਸ਼ਾਦੇ ਦਾ ਮਹਾਤਮ ਦੇਣਾ ਗੁਰੂ ਨੇ ਗੱਲਾਂ ਦਾ ਕੀ ਮਹਾਤਮ ਮਿਲੇਗਾ ਐਵੇਂ ਪਾਪ ਹੀ ਚੱਕਿਆ ਨਾ ਚੁਗਲੀਆਂ ਕਰ ਕਰਕੇ ਦੂਜਿਆਂ ਦੀ ਜਿਹੜੀ ਤਾਂ ਸੇਵਾ ਆਪ ਮੰਗ ਕੇ ਲਈਏ ਉਹ ਤਾਂ 100% ਮਿਲਦੀ ਹੈ ਜਿਹੜੀ ਕਹਿ ਕੇ ਕਰਾਈਏ ਸੇਵਾ ਕਰ ਲਓ ਪਈ ਆ ਜਾਓ ਉਹ 50% ਰਹਿ ਜਾਂਦੀ ਹੈ ਜਿਹੜੀ ਆਪ ਵੀ ਨਾ ਕਰੇ ਮੰਗ ਕੇ ਵੀ ਨਾ ਕਰੇ ਕਹਿ ਤੇ ਵੀ ਨਾ ਕਰੇ ਉਹਨੂੰ ਕੀ ਮਿਲਣਾ ਉਹਨੂੰ ਤਾਂ ਪ੍ਰਸ਼ਾਦਾ ਲੰਗਰ ਦਾ ਬਚੇਗਾ ਹੋਰ ਕੁਛ ਨਹੀਂ ਬਚੇਗਾ ਇਹ ਕੁੰਭ ਸੀ ਤਿੰਨ ਦਿਨਾਂ ਦਾ ਜਿੰਨਾ ਕਿਸੇ ਨੇ ਲਾਹ ਲੈ ਲਿਆ ਉਹਨੂੰ ਮਿਲ ਗਿਆ ਬਹੁਤ ਸ਼ਰਧਾ ਤੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ
ਗੁਰੂ ਕਿਰਪਾ ਕਰੇ ਨਗਨ ਵਾਸੀ ਸੰਤਾਂ ਦੇ ਸਿਰ ਤੇ ਮੇਰ ਪ੍ਰਿਆਤ ਰੱਖੇ ਚੜ੍ਹਦੀ ਕਲਾ ਬਖਸ਼ੇ ਸਿੱਖੀ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣ ਮਹਾਰਾਜ ਪਰਸੋਂ ਆਪਾਂ ਇਹ ਵਿਚਾਰ ਸ਼ੁਰੂ ਕੀਤੀ ਸੀ ਕਿ ਭਗਤ ਲੋਚਨ ਦੇ ਘਰ ਰੱਬ ਨੌਕਰ ਬਣ ਕੇ ਭਾਂਡੇ ਮਾਂਜਦਾ ਰਿਹਾ ਇਕੱਲੇ ਭਗਤ ਲੋਚਨ ਦੇ ਘਰ ਨਹੀਂ ਭਗਤ ਧੰਨਾ ਜੀ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦੇ ਨੇ ਜਿਹੜਾ ਵੀ ਰੱਬ ਦੀ ਭਗਤੀ ਕਰੇਗਾ ਨਾ ਰੱਬ ਉਹਦੇ ਕਾਰਜ ਸਵਾਰੇਗਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਜੋ ਜਨ ਜਿਹੜਾ ਵੀ ਜਨ ਕਿਸੇ ਧਰਮ ਦਾ ਕਿਸੇ ਮਜ਼ਹਬ ਦਾ ਕਿਸੇ ਜਾਤ ਦਾ ਜਿਹੜਾ ਵੀ ਉਹਦਾ ਬੰਦਗੀ ਕਰੇਗਾ ਨਾ ਸਿਮਰਨ ਕਰੇਗਾ ਪਰਮਾਤਮਾ ਦੇ ਕਾਰਜ ਸਵਾਰੇਗਾ ਭਗਤ ਲੋਚਨ ਜੀ ਦੇ ਕੋਲ ਕੁਝ ਜਗਿਆਸੂ ਬੈਠੇ ਨੇ ਜਗਿਆਸੂ ਉਹਨੂੰ ਕਹਿੰਦੇ ਨੇ ਜਿਨ੍ਹਾਂ ਦੇ ਜਗ ਜਿਨ੍ਹਾਂ ਨੇ ਜਗ ਦੀ ਆਸ ਛੱਡ ਕੇ ਇੱਕ ਪਰਮਾਤਮਾ ਨੂੰ ਮਿਲਣ ਦੀ ਆਸ ਹੁੰਦੀ ਹੈ ਜਿਨ੍ਹਾਂ ਦੀ ਉਹਨਾਂ ਦੇ ਮਨ ਦੇ ਵਿੱਚ ਜੱਗ ਦੀ ਆਸ ਨਹੀਂ ਹੁੰਦੀ ਕਿ ਸਾਡੇ ਟੱਬਰ ਦਾ ਕੀ ਬਣੇਗਾ ਸਾਡਾ ਕੀ ਬਣੇਗਾ ਉਹ ਰੱਬ ਤੇ ਭਰੋਸਾ ਕਰਦੇ ਕਿ ਉਹ ਪੱਥਰਾਂ 'ਚ ਰੋਜ਼ੀ ਦੇ ਰਿਹਾ ਸਾਨੂੰ ਵੀ ਨਹੀਂ ਦੇਗਾ ਫਿਰ ਜਿਨ੍ਹਾਂ ਨੂੰ ਰੱਬ ਤੇ ਭਰੋਸਾ ਨਹੀਂ ਉਹ ਕਹਿੰਦੇ ਨੇ ਪਤਾ ਨਹੀਂ ਕੀ ਬਣੇਗਾ ਸਾਡੇ ਪਰਿਵਾਰ ਦਾ ਬੱਚਿਆਂ ਦਾ ਜਵਾਕਾਂ ਦਾ ਕੀ ਬਣੇਗਾ ਉਹ ਜਿਹਨੇ ਪੈਦਾ ਕੀਤਾ ਸਾਰਿਆਂ ਨੂੰ ਪਾਲਦਾ ਉਹ ਸਭ ਦਾ ਫਿਕਰ ਕਰਦਾ ਉਹ ਪਰਮਾਤਮਾ ਉਹ ਜਗਿਆਸੂ ਬੈਠੇ ਨੇ ਭਗਤ ਤਲੋਚਨ ਜੀ ਦੇ ਕੋਲ ਉਹ ਬੇਨਤੀ ਕਰਦੇ ਨੇ ਭਗਤ ਜੀ ਇਹ ਜੀਵ ਪਰਮੇਸ਼ਰ ਦਾ ਪੁੱਤਰ ਹੈ ਭਗਤ ਲੋਚਨ ਜੀ ਕਹਿੰਦੇ ਹਾਂ ਇਹ ਸਰੀਰ ਵਿੱਚ ਆ ਕੇ ਆਤਮਾ ਜੀਵ ਆਤਮਾ ਖਵਾਉਂਦੀ ਹੈ ਇਹ ਹੈ ਪਰਮਾਤਮਾ ਦੀ ਅੰਸ਼ ਹੈ ਜਿਵੇਂ ਸਮੁੰਦਰ ਵਿੱਚ ਇੱਕ ਬੂੰਦ ਬਾਹਰ ਕੱਢੀਏ ਇੱਕ ਬੂੰਦ ਹੈ ਪਰ ਜਿੰਨਾ ਚਿਰ ਬਾਹਰ ਹੈ ਜਦ ਵਿੱਚ ਡਿੱਗ ਗਈ ਸਮੁੰਦਰ ਦਾ ਰੂਪ ਬਣ ਜਾਏਗੀ ਉਹ ਹੈ ਸਮੁੰਦਰ ਦੀ ਅੰਸ਼ੀ ਹੈ ਤੁਸੀਂ 100 ਘੜਾ ਪਾਣੀ ਦਾ ਭਰ ਕੇ ਰੱਖ ਦਿਓ 100 ਘੜੇ 'ਚ ਦੇਖੋਗੇ ਤੁਹਾਨੂੰ 100 ਸੂਰਜ ਦਿਸੇਗਾ ਸੂਰਜ ਤਾਂ ਇੱਕੋ ਹੀ ਹੈ ਨਾ ਪਰ ਘੜੇ ਵਿੱਚ ਆਉਣ ਕਰਕੇ ਉਹ 100 ਸੂਰਜ ਬਣ ਗਿਆ ਜੇ 100 ਘੜਾ ਭੰਨ ਦੀਏ ਫਿਰ ਇੱਕੋ ਹੀ ਹੈ ਇਸੇ ਤਰ੍ਹਾਂ ਇਹ ਪਰਮਾਤਮਾ ਹੈ ਪਰਿਪੂਰਨ ਹੈ ਪਰ ਇਹ ਸਰੀਰ ਚੋਣ ਕਰਕੇ ਜੀਵ ਆਤਮਾ ਖਵਾਉਂਦਾ ਹੈ ਜਦੋਂ ਇਹ ਪਰਮ ਉਹਨੂੰ ਜਾਣ ਲੈਂਦਾ ਗਿਆਨ ਹੋ ਜਾਂਦਾ ਹੈ ਪਰਮਾਤਮਾ ਵਿੱਚ ਫੇਰ ਲੈ ਹੋ ਜਾਂਦਾ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ ਮਰੈ ਕਹਿੰਦੇ ਜੀ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ ਪ
ਭਗਤ ਕਬੀਰ ਜੀ ਵੀ ਕਹਿੰਦੇ ਕਹਿਤ ਕਬੀਰੇ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ। ਉਹ ਕਹਿੰਦੇ ਭਗਤ ਜੀ ਜੇ ਜੀਵ ਆਤਮਾ ਪਰਮਾਤਮਾ ਦੀ ਅੰਸ ਹੈ, ਪਰਮਾਤਮਾ ਤਾਂ ਫਿਰ ਜੰਮਦਾ ਮਰਦਾ ਨਹੀਂ ਹੈ, ਇਹ ਜੰਮਣ ਮਰਨ ਵਿੱਚ ਕਿਉਂ ਪੈ ਗਿਆ? ਜਿੱਥੇ ਦੀਵਾਨ ਹੁੰਦੇ ਨੇ ਜ਼ਰੂਰ ਆਉਂਦੇ ਨੇ ਸਪੀਕਰ ਜਿਹਾ, ਇਹ ਆਪਣਾ ਸਮਾਨ ਵਿੱਚ ਲਾਉਂਦੇ ਨੇ। ਆ ਜਿਹੜੀ ਦੁਕਾਨਾਂ ਵਾਲੇ ਤੁਸੀਂ ਸੱਦਿਆ ਤਾਂ ਨਹੀਂ ਹੋਣਾ ਨੂਰਪੁਰ ਵਾਲਿਆਂ ਨੇ, ਇਹਨਾਂ ਨੂੰ ਪਤਾ ਹੁੰਦਾ, ਪਤਾ ਨਹੀਂ ਪੜ੍ਹ ਲੈਂਦੇ ਨੇ ਪੋਸਟਰਾਂ। ਇਹ ਗੁਰੂ ਨਾਨਕ ਦਾ ਘਰ ਹੈ, ਸਭ ਨੂੰ ਰੋਜ਼ੀ ਦੇਣ ਦਾ, ਦੇਖ ਲਓ ਸਭ ਨੂੰ ਆਸਰਾ ਮਿਲ ਜਾਂਦਾ। ਇਹ ਹੈ ਤਾਂ ਪਰਮਾਤਮਾ ਦੀ ਅੰਸ, ਜਦੋਂ ਇਹਦਾ ਸਰੀਰ ਨਾਲ ਸੰਬੰਧ ਹੁੰਦਾ ਨਾ, ਸਰੀਰ ਵਿੱਚ ਆ ਕੇ ਜਿਹੜੀਆਂ ਇਹਦੇ ਅੰਦਰ ਵਾਸ਼ਨਾ ਪੈ ਜਾਂਦੀਆਂ, ਜਿਵੇਂ ਦਰਿਆ ਚੱਲ ਰਿਹਾ ਹੈ, ਹਵਾ ਚੱਲੀ, ਉਹਦੇ ਨਾਲ ਲਹਿਰਾਂ ਪੈਦਾ ਹੋ ਗਈਆਂ, ਉਹ ਹਵਾ ਦੇ ਵੇਗ ਨਾਲ ਲਹਿਰ ਦੂਰ ਚਲੀ ਗਈ ਪਾਣੀ ਤੋਂ, ਦਰਿਆ ਦੇ ਕੰਢੇ ਤੇ ਕਿਸੇ ਖੱਡੇ ਚ ਪਾਣੀ ਗਿਰ ਗਿਆ, ਉਹ ਦਰਿਆ ਦਾ ਲਹਿਦਾ ਹੋ ਗਿਆ, ਉਹਦੇ ਚ ਕੱਖ ਗਿਰ ਗਏ, ਗਰਦਾ ਗਿਰ ਗਿਆ, ਕਿਰਮ ਪੈ ਗਏ, ਬਦਬੂ ਆਉਣ ਲੱਗ ਗਈ। ਪਾਣੀ ਤਾਂ ਦਰਿਆ ਦਾ ਹੀ ਸੀ, ਪਰ ਹਵਾ ਦੇ ਵੇਗ ਨਾਲ ਲਹਿਰ ਬਣ ਕੇ ਦੂਰ ਚਲਾ ਗਿਆ। ਉਸੇ ਪਾਣੀ ਨੂੰ ਚੱਕ ਕੇ ਫਿਰ ਕੋਈ ਦਰਿਆ ਚ ਸੁੱਟ ਦੇਵੇ ਤੇ ਉਹ ਜੇ ਫਿਰ ਬਣ ਜਾਏਗਾ। ਇਸੇ ਤਰ੍ਹਾਂ ਸਰੀਰ ਵਿੱਚ ਆਉਣ ਕਰਕੇ ਜਿਹੜਾ ਕੰਮ ਤੁਸੀਂ ਵਾਰ ਵਾਰ ਕਰੋਗੇ, ਵਾਰ ਵਾਰ ਸੁਭਾਅ ਬਣ ਜਾਏਗਾ, ਜਿਹਨੂੰ ਆਦਤ ਕਹਿੰਦੇ ਨੇ। ਕੋਈ ਆਦਤ ਪਾ ਲਈ ਕਿਸੇ ਨੇ, ਉਹ ਕਹਿੰਦਾ ਮੈਂ ਛੱਡਣਾ ਚਾਹੁੰਦਾ ਪਰ ਮੇਰੇ ਤੋਂ ਛੱਡ ਨਹੀਂ ਹੁੰਦੀ। ਹੁਣ ਉਹ ਜੰਮਿਆ ਤਾਂ ਨਹੀਂ ਸੀ ਨਾਲ ਲੈ ਕੇ ਆਦਤ, ਇੱਥੇ ਜਦੋਂ ਉਸ ਕਰਮ ਨੂੰ ਵਾਰ ਵਾਰ ਕਰਦਾ ਰਿਹਾ ਤਾਂ ਬੁੱਧ ਉਹਦੇ ਅਧੀਨ ਹੋ ਗਈ, ਥੱਲੇ ਆ ਗਈ ਬੁੱਧ। ਹੁਣ ਦੁਖੀ ਹੈ, ਛੱਡਣਾ ਵੀ ਚਾਹੁੰਦਾ, ਕਹਿੰਦਾ ਛੱਡਿਆ ਨਹੀਂ ਜਾਂਦਾ ਮੇਰੇ ਤੋਂ। ਇਸੇ ਤਰ੍ਹਾਂ ਕੰਮ ਜਿਹੜਾ ਤੁਸੀਂ ਵਾਰ ਵਾਰ ਕਰੋਗੇ, ਜਿਹਦੀ ਵਾਰ ਵਾਰ ਕਲਪਨਾ ਚਿੰਤਾ ਕਰੀ ਜਾਊਗਾ ਨਾ, ਬਸ ਇੱਕੋ ਹੀ ਚਿੰਤਨ ਸੁਖੀ ਹੈ, ਪਰਮਾਤਮਾ ਦਾ ਨਾਮ ਵਾਰ ਵਾਰ ਜਪੋਗੇ, ਜਦੋਂ ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਇੱਕ ਨਾਮ ਦਾ ਚਿੰਤਨ ਵਾਰ ਵਾਰ ਕਰੋਗੇ ਤਾਂ ਸੁਖ ਰੂਪ ਹੈ, ਬਾਕੀ ਜਿਹੜੇ ਕੰਮ ਦੀ ਚਿੰਤਨ ਕਰੋਗੇ ਰੋਗ ਬਣ ਜਾਣਗੇ, ਉਹਦੇ ਦੁਖੀ ਹੋ ਜਾਣਗੇ। ਫਿਰ ਜਿਹੜਾ ਕੰਮ ਆਪਾਂ ਕਰਦੇ ਰਹੇ ਨਾ ਜ਼ਿਆਦਾ ਜ਼ਿੰਦਗੀ 'ਚ, ਉਹਦੀ ਫਿਰ ਵਾਸ਼ਨਾ ਬਣ ਜਾਂਦੀ ਅੰਦਰ, ਇੱਛਾ ਕਹਿ ਲਓ ਚਾਹੇ ਵਾਸ਼ਨਾ ਕਹੋ। ਭਗਤ ਲੋਚਨ ਜੀ ਕਹਿੰਦੇ ਜਦੋਂ ਬਖਤੇ ਅੰਤ, ਇਹਦਾ ਜਿੱਥੇ ਖਿਆਲ ਚੱਲੇਗਾ, ਜਿੱਥੇ ਵਾਸ਼ਨਾ ਹੋਵੇਗੀ ਉੱਥੇ ਜਾਏਗਾ, ਇਹਨੂੰ ਫਿਰ ਉੱਥੇ ਜਨਮ ਮਿਲੇਗਾ। ਵਾਸ਼ਨਾ ਦਾ ਬੱਧਾ, ਵਾਸ਼ਨਾ ਬੱਧਾ ਆਵੇ ਜਾਏ, ਜਿੱਤ ਲਾਗੋ ਮਨ ਵਾਸ਼ਨਾ, ਅੰਤ ਸਾਈ ਪ੍ਰਗਟਾਨੀ। ਜਿੱਥੇ ਦੀ ਵਾਸ਼ਨਾ ਹੋਵੇਗੀ ਉੱਥੇ ਜਾਏਗਾ ਬਖਤੇ ਅੰਤ, ਤਾਂ ਫਿਰ ਉੱਥੇ ਨੂੰ ਜਨਮ ਮਿਲੇਗਾ।
ਉਹ ਕਹਿੰਦੇ ਭਗਤ ਜੀ ਕਿਹੜੀਆਂ ਕਿਹੜੀਆਂ ਵਾਸ਼ਨਾ ਜਿਹੜੀਆਂ ਇਹਨੂੰ ਜਨਮ ਚ ਲੈ ਜਾਂਦੀਆਂ। ਭਗਤ ਲੋਚਨ ਜੀ ਕਹਿੰਦੇ ਵਾਸ਼ਨਾ ਤਾਂ ਬਹੁਤ ਨੇ ਪਰ ਮੈਂ ਤੁਹਾਨੂੰ ਕੁਛ ਕੁ ਦੱਸ ਦੇਣਾ। ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਬਲ ਬਲ ਅਵਤਰੈ। ਇਹ ਬਾਣੀ ਦਾ ਸ਼ਬਦ ਹੈ, ਕਵਿਤਾ ਨਹੀਂ ਹੈ। ਕੋਈ ਕਹੇਗਾ ਜੀ ਇਹ ਤਾਂ ਐਵੇਂ ਜੋੜ ਕੇ ਬਣਾਈ ਹੈ। ਸਾਰੀ ਉਮਰ ਮਾਇਆ ਇਕੱਠੀ ਕਰਦਾ ਰਿਹਾ, ਨਾ ਨਾਮ ਜਪਿਆ, ਨਾ ਦਾਨ ਕੀਤਾ, ਨਾ ਸੇਵਾ ਕੀਤੀ, ਨਾ ਸੰਗਤ ਕੀਤੀ, ਮਾਇਆ ਇਕੱਠੀ ਕਰਦਾ ਰਿਹਾ ਸਾਰੀ ਜ਼ਿੰਦਗੀ। ਲੱਖਾਂ ਕਰੋੜਾਂ ਰੁਪਈਏ ਇਕੱਠੇ ਕਰ ਲਏ, ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋੜ। ਚਲਤੀ ਬਾਰ ਨਾ ਕਸ਼ ਮਿਲਿਓ, ਲਈ ਲੰਗੋਟੀ ਤੋਰ। ਭਾਵੇਂ ਅਰਬਾਂ ਰੁਪਈਏ ਇਕੱਠੇ ਕੀਤੇ ਨਾਲ ਤਾਂ ਨਹੀਂ ਧੇਲੀ ਲਿਜਾ ਸਕਦਾ, ਜੇਬਾਂ ਫੋਲ ਲੈਂਦੇ ਨੇ, ਜੇਬ ਚ ਨਾ ਹੋਵੇ ਕੁਝ ਦੇਖ ਲਓ ਇਹਦੇ ਕੱਢ ਲੈਂਦੇ ਨੇ ਸਾਈ। ਆ ਜਿਹੜਾ ਕੋਈ ਪਾਇਆ ਹੋਵੇ ਨਾ ਨੱਕ ਕੰਨ ਚ, ਜੇ ਨਾ ਨਿਕਲੇ ਵੱਢ ਕੇ ਲਾ ਲੈਂਦੇ ਨੇ। ਇਸ ਕਰਕੇ ਮਾਈਆਂ ਨੂੰ ਬੇਨਤੀ, ਗਹਿਣਾ ਨਾਮ ਨੂੰ ਬਣਾ ਲਓ, ਨਹੀਂ ਤਾਂ ਤੋੜ ਤੋੜ ਕੇ ਲਾ ਲੈਣਗੇ ਸਾਰੇ। ਅੰਤ ਬਾਰ ਨਾਮ ਗਹਿਣਾ, ਗਹਿਣਾ ਉਹ ਹੁੰਦਾ ਵੀ ਗਹਿਣਾ ਬਣਾ ਲਓ, ਕੋਈ ਨੀ ਕਿਤੇ ਔਖੇ ਵੇਲੇ ਕੰਮ ਆ ਜਾਏਗਾ, ਇਹਨੂੰ ਦੇ ਕੇ ਕੰਮ ਸਾਰ ਲਾਂਗੇ। ਪਰ ਮਹਾਰਾਜ ਕਹਿੰਦੇ ਜੇ ਗਹਿਣਾ ਹੀ ਬਣਾਉਣਾ ਫਿਰ ਨਾਮ ਨੂੰ ਬਣਾ ਲਓ। ਜਿਵੇਂ ਆਪਾਂ ਗਹਿਣਾ ਸਾਂਭ ਕੇ ਰੱਖਦੇ ਹਾਂ ਨਾ, ਇਸ ਤਰ੍ਹਾਂ ਜਦੋਂ ਨਾਮ ਨੂੰ ਸੰਭਾਲਾਂਗੇ ਜਪਾਂਗੇ ਤਾਂ ਅੰਤ ਵੇਲੇ ਫਿਰ ਨਾਮ ਰੂਪੀ ਗਹਿਣਾ ਮਦਦ ਕਰੇਗਾ। ਅੰਤ ਵੇਲੇ ਦਾ ਨਾਮ ਗਹਿਣਾ ਨੀ ਜਿੰਦੜੀ, ਅੰਤ ਵੇਲੇ ਦਾ ਨਾਮ ਗਹਿਣਾ ਨੀ ਜਿੰਦੜੀ। ਦੇਖ ਲੈਂਦੇ ਨੇ ਜੇਬ ਚ ਤਾਂ ਨਹੀਂ ਲਈ ਫਿਰਦਾ ਸੀ ਕੁਛ, ਜਿਹੜਾ ਕੋਈ ਗਹਿਣਾ ਪਾਇਆ ਹੁੰਦਾ ਨਹੀਂ ਨਿਕਲਦਾ ਵੱਢ ਕੇ ਲਾ ਲੈਂਦੇ ਨੇ। ਸਾਰੀ ਉਮਰ ਮਾਇਆ ਇਕੱਠੀ ਕਰਦਾ ਰਿਹਾ, 420 ਕਰਕੇ, ਠੱਗੀਆਂ ਕਰਕੇ, ਚੋਰੀਆਂ ਕਰਕੇ, ਬਲੈਕਾਂ ਕਰਕੇ,
ਕਿਉਂਕਿ ਬਿਨਾ ਪਾਪ ਕਰਨ ਤੋਂ ਇਕੱਠੀ ਨਹੀਂ ਹੁੰਦੀ ਇਹ। ਜੇ ਕੋ ਆਖੇ ਮੈਂ ਧਰਮ ਦੀ ਕਿਰਤ ਕਰਕੇ ਕਰੋੜਾਂ ਪਤੀ ਬਣ ਜਾ, ਨਹੀਂ ਹੋ ਸਕਦਾ। ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਪਾਪ ਕਰਨ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਆਪਾਂ ਤਾਂ ਨਹੀਂ ਜੋੜਿਆਂ ਵੱਲ ਲਾਉਣਾ ਜਾਂ ਪਾਰਨੇ ਜਾਂ ਮੋਟਰਸਾਈਕਲ ਵਾਲਿਆਂ, ਅੱਜ ਬੜੀ ਆਵਾਜ਼ ਆਉਂਦੀ ਹੈ ਉੱਧਰੋਂ। ਉਹਨੂੰ ਕਹੋ ਸਾਨੂੰ ਪਤਾ ਤੁਸੀਂ ਸੇਵਾ ਕਰਦੇ ਹੋ, ਰੌਲਾ ਨਾ ਪਾਓ। ਕਈ ਬੰਦੇ ਕੰਮ ਘੱਟ ਕਰਦੇ ਨੇ, ਦੂਜਿਆਂ ਨੂੰ ਦੱਸਣ ਵਾਸਤੇ ਰੌਲਾ ਜ਼ਿਆਦਾ ਪਾਉਂਦੇ ਵੀ ਰੌਲਾ ਪਾ ਕੇ ਜ਼ਿਆਦਾ ਸੇਵਾ ਹੁੰਦੀ ਹੈ। ਦੁਆਣ ਵੀ ਸੁਣੋ, ਨਾਲੇ ਡਬਲ ਲਾਹ ਦਓ, ਸੇਵਾ ਕਰੋ। ਕੀ ਫਾਇਦਾ? ਧਰਮ ਦੀ ਕਿਰਤ ਕਰਕੇ ਨਿਰਵਾਹ ਤਾਂ ਹੋ ਜਾਂਦਾ, ਮਾਇਆ ਸਿਰਫ ਗੁਜਰਾਣ ਹੀ ਹੈ। ਮਾਇਆ ਗੁਜਰਾਣ, ਦੌਲਤ ਇਮਾਨ, ਇਸਤਰੀ ਇਮਾਨ, ਪੁੱਤਰ ਨਿਸ਼ਾਨ, ਇਹ ਮਾਇਆ ਤਾਂ ਸਿਰਫ ਗੁਜ਼ਾਰਾ ਹੀ ਹੈ, ਗੁਜਰਾਣ ਹੈ। ਅਰਬਾਂ ਪਤੀ ਵੀ ਤੇ ਦਿਹਾੜੀ ਵਾਲਾ ਵੀ, ਉਹ ਵੀ ਇੱਕ ਮੰਜੇ ਤੇ ਪੈਂਦਾ, ਤਿੰਨ ਕੱਪੜੇ ਤੇ ਦੋ ਪ੍ਰਸ਼ਾਦੇ, ਬਸ ਇਹੀ ਗੁਜ਼ਾਰਾ, ਹੋਰ ਕੁਛ ਨਹੀਂ ਹੈ। ਇਦੋਂ ਵੱਧ ਕਿਸੇ ਕੋਲ ਹੈ ਵੀ ਨਹੀਂ ਹੈ। ਚਾਹੇ ਅਰਬਾਂ ਦਾ ਮਹਿਲ ਬਣਾਇਆ, ਉਹਨੇ ਇੱਕ ਮੰਜੇ ਤੇ ਹੀ ਪੈਂਦਾ, ਸਾਰੇ 'ਚ ਥੋੜ੍ਹਾ ਲੇਟਦਾ ਰਾਤ ਨੂੰ, ਇੱਕ ਮੰਜੇ 'ਤੇ ਪੈਂਦਾ ਉਹ। ਚਾਹੇ ਉਹਨੇ ਮਹਿੰਗੇ ਤੋਂ ਮਹਿੰਗੇ ਪੁਸ਼ਾਕ ਪਾਈਏ, ਪਾਏ ਤਿੰਨ ਕੱਪੜੇ ਨੇ ਖੱਦਰ ਦੇ ਨੇ, ਚਾਹੇ ਬ੍ਰੈਂਡ ਪਾਏ ਹੋਏ ਨੇ, ਤੇ ਰੁੱਖਾ ਮਿੱਸਾ ਕਿਸੇ ਨੇ ਖਾ ਕੇ ਪੇਟ ਭਰਿਆ, ਜਾਂ ਪਕਵਾਨ ਖਾ ਕੇ ਭਰ ਲਿਆ, ਪੇਟ ਦੋਵਾਂ ਦਾ ਹੀ ਭਰਿਆ। ਇਸ ਤੋਂ ਅੱਗੇ ਜੇ ਵਿਚਾਰ ਕਰੋਗੇ, ਫਿਰ ਤੁਹਾਨੂੰ ਜਿਹੜਾ ਛੱਪਰੀ 'ਚ ਪਿਆ ਨਾ ਮੰਜੇ 'ਤੇ, ਉਹਨੂੰ ਨੀਂਦ ਬੜੀ ਵਧੀਆ ਆਈ ਹੈ, ਤੇ ਜਿਹਨੇ ਰੁੱਖਾ ਮਿੱਸਾ ਖਾਧਾ ਉਹਨੂੰ ਹਜ਼ਮ ਵਧੀਆ ਆ ਗਿਆ, ਤੇ ਜਿਹਨੇ ਸ਼ਾਹੀ ਸਾਦੀ ਪੁਸ਼ਾਕ ਪਹਿਨੀ ਸੀ ਨਾ, ਉਹ ਸੁਖੀ ਹੈ। ਜਿਹਨੂੰ ਖਾਧਾ ਹਜ਼ਮ ਆ ਜਾਵੇ ਤੇ ਨੀਂਦ ਵਧੀਆ ਆ ਜਾਵੇ, ਡਾਕਟਰ ਕਹਿੰਦੇ ਨੇ ਉਹ ਤੰਦਰੁਸਤ ਬੰਦਾ ਹੁੰਦਾ। ਹੈਲਥ ਇਜ ਵੈਲਥ, ਤੰਦਰੁਸਤੀ ਵੀ ਇੱਕ ਨਿਆਮਤ ਹੈ। ਇਹ ਜਿਹੜੇ ਜ਼ਿਆਦਾ ਵੱਡੇ ਮਹੱਲਾਂ ਵਾਲੇ ਨੇ, ਚੰਗੀ ਨੀਂਦ ਨਹੀਂ ਸੌਂ ਸਕਦੇ, ਦਵਾਈਆਂ ਖਾ ਖਾ ਕੇ ਸੌਂਦੇ ਨੇ ਰਾਤ ਨੂੰ, ਉੱਬੜ ਉੱਬੜ ਕੇ ਉੱਠਦੇ ਨੇ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਪਰਮੰਤਾ, ਦੋਹੋਂ ਅਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਸਾਰੀ ਉਮਰ ਮਾਇਆ ਇਕੱਠੀ ਕਰੀ ਗਿਆ। ਜਿਵੇਂ ਇੱਕ ਬਜ਼ੁਰਗ ਸੋਚਿਆ ਕਰੇ ਮੈਂ ਤੀਰਥ ਯਾਤਰਾ ਕਰਾਂਗਾ, ਬੜੇਪਾ ਆ ਗਿਆ, ਦਾਨ ਪੁੰਨ ਕਰਾਂਗਾ, ਸੰਗਤ ਕਰਿਆ ਕਰਾਂਗਾ, ਸੋਚੀ ਗਿਆ। ਨਾ ਤੀਰਥ ਕੀਤਾ, ਨਾ ਉਹਨੇ ਸੰਗਤ ਕੀਤੀ, ਨਾ ਦਾਨ ਪੁੰਨ ਕਰਿਆ, ਅੰਤ ਟਾਈਮ ਆ ਗਿਆ ਉਹਦਾ। ਹੁਣ ਉਹਨੂੰ ਦੇਖਦੇ ਨੇ ਜਮਰਾਜ ਦੇ ਹੇਰੂ, ਜਿਹਨੂੰ ਲੈਣ ਆਉਂਦੇ ਨੇ, ਦੂਜੇ ਕੋਲ ਖੜੇ ਉਹਨਾਂ ਨੂੰ ਨਹੀਂ ਦੇਖਦੇ ਹੁੰਦੇ। ਉਹਦੀਆਂ ਸੱਤੇ ਸੁੱਧਾਂ ਭੁੱਲ ਜਾਂਦੀਆਂ ਜਦ ਉਹ ਦੇਖਦੇ ਨੇ ਆਪ। ਸਿਆਹੋ ਹੋਆ ਸੇਤ, ਇੰਨਾ ਡਰਦਾ ਕਿ ਉਹਦਾ ਰੰਗ ਕਾਲਾ ਹੋ ਜਾਂਦਾ ਡਰ। ਫਿਰ ਚਿੱਟਾ ਪੂਣੀ ਵਰਗਾ ਹੁੰਦਾ, ਇੱਕ ਵਾਰੀ ਕਾਲਾ ਹੁੰਦਾ ਡਰ ਕੇ, ਫਿਰ ਚਿੱਟਾ ਹੋ ਜਾਂਦਾ। ਉਹ ਕੱਢ ਲੈਂਦੇ ਨੇ ਵਿੱਚੋਂ ਫਿਰ ਪ੍ਰਾਣ। ਹੁਣ ਉਹਨੂੰ ਦੇਖਦੇ ਨੇ ਵੀ ਆ ਗਏ ਲੈਣ ਵਾਸਤੇ, ਬੋਲ ਨਹੀਂ ਸਕਦਾ,
ਕੰਧ ਵੱਲ ਹੱਥ ਕਰਦਾ ਵੀ ਇੱਥੇ ਮੈਂ ਮਾਇਆ ਰੱਖੀ ਹੋਈ ਹੈ ਕੰਧ ਵਿੱਚ ਮੇਰੇ ਇੱਥੋਂ ਦਾਨ ਕਰਾ ਦਿਓ ਅੱਗੇ ਮਿਲ ਜਾਏਗਾ ਮੈਨੂੰ ਜਿਹੜਾ ਆਪ ਕਰੇ ਉਹ ਮਿਲਦਾ ਮਗਰੋਂ ਨਹੀਂ ਮਿਲਦਾ ਕੁਛ ਮਰਜ਼ੀ ਕਰਾਈ ਜੋ ਪਵੇ ਇਹ ਉਹ ਦੂਜੇ ਖਾਣ ਵਾਲੇ ਨੇ ਬਣਾਇਆ ਹੋਇਆ ਵੀ ਆਹ ਕਰੋ ਪਹੁੰਚਾ ਦਾਂਗੇ ਆਹ ਕਰੋ ਉੱਥੇ ਪਹੁੰਚ ਜਾਓ ਨਹੀਂ ਪਹੁੰਚਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਹੜੇ ਹੱਥ ਨਾਲ ਕਰੇਗਾ ਉਸ ਹੱਥ ਨੂੰ ਮਿਲੇਗਾ ਦੂਜੇ ਹੱਥ ਨੂੰ ਨਹੀਂ ਮਿਲੇਗਾ ਫਿਰ ਪੁੱਤਰ ਦਾ ਕਰਮ ਕੀਤਾ ਪਿਓ ਨੂੰ ਕਿਵੇਂ ਜਾ ਕੇ ਮਿਲ ਜਾਵੇ ਨਹੀਂ ਮਿਲ ਸਕਦਾ ਆਪੇ ਬੀਜ ਆਪੇ ਹੀ ਖਾਓ ਜਿਹੜਾ ਕਰੇਗਾ ਉਹਨੂੰ ਮਿਲੇਗਾ ਦੂਜੇ ਦਾ ਕੀਤਾ ਕਰਮ ਕਿਸੇ ਨੂੰ ਨਹੀਂ ਮਿਲੇਗਾ ਉਹ ਹੱਥ ਕੰਧ ਵੱਲ ਕਰਿਓ ਦਾਨ ਕਰਾ ਦਿਓ ਮੇਰਾ ਅੰਤ ਟਾਈਮ ਹੈ ਮੈਨੂੰ ਅੱਗੇ ਮਿਲ ਜਾਏਗਾ ਦਾਨ ਕੀਤਾ ਉਹਦੇ ਮੁੰਡਿਆਂ ਨੂੰ ਪਤਾ ਸੀ ਨੀ ਕੰਧ ਚ ਪੈਸੇ ਰੱਖੇ ਹੋਏ ਨੇ ਤਾਂ ਮਰਨ ਲੱਗਾ ਹੁਣ ਪੈਸੇ ਵੀ ਜਾਣਗੇ ਉਹ ਰਿਸ਼ਤੇਦਾਰ ਵੀ ਆਏ ਹੁੰਦੇ ਨਾ ਵੀ ਹੁਣ ਕਹਿੰਦੇ ਕੀ ਕਹਿੰਦਾ ਤੁਹਾਡਾ ਬਾਪ ਇੱਧਰ ਨੂੰ ਹੱਥ ਕਰਦਾ ਕਹਿੰਦੇ ਕਹਿਣਾ ਕੀ ਹੈ ਇਹਨੇ ਮਰਨ ਲੱਗਾ ਹੁਣ ਕੰਧਾਂ ਯਾਦ ਆਉਂਦੀਆਂ ਨੇ ਉਹਦੀ ਸੁਣਨੀ ਨਾ ਵਿਚਾਰੇ ਦੀ ਫਿਰ ਗਊ ਖੜੀ ਸੀ ਸੱਜਰ ਸੂਈ ਹੋਈ ਉੱਧਰ ਹੱਥ ਕਰੇ ਉਹ ਰੱਸਾ ਫੜਾ ਦਿਓ ਮੇਰੇ ਇੱਥੋਂ ਗਊ ਦਾ ਕਿਸੇ ਗਰੀਬ ਨੂੰ ਰਿਸ਼ਤੇਦਾਰ ਪੁੱਛਦੇ ਨੇ ਤੁਹਾਡਾ ਬਾਪ ਇੱਧਰ ਡੰਗਰਾਂ ਵੱਲ ਹੱਥ ਕਰਦਾ ਕਹਿੰਦਾ ਹੱਥ ਉਹਨੇ ਨੇ ਕੀ ਕਰਨਾ ਇਹਦਾ ਜਾਣ ਦਾ ਟਾਈਮ ਹੈ ਸਾ ਔਖਾ ਆ ਰਿਹਾ ਹੁਣ ਇਹਨੂੰ ਡੰਗਰ ਯਾਦ ਆਉਂਦੇ ਨੇ ਉਹਦੀ ਸੁਣਨੀ ਨਾ ਵਿਚਾਰੇ ਇਹ ਵਚਨ ਬਾਣੀ ਚ ਆਖਿਆ ਮਹਾਰਾਜ ਨੇ ਮਨ ਕੀ ਮਨ ਹੀ ਮਾਹੇ ਰਹੀ ਸੋਚਦਾ ਰਿਹਾ ਮੈਂ ਦਾਨ ਕਰਾਂਗਾ ਮੈਂ ਭਜਨ ਕਰਾਂਗਾ ਮੈਂ ਸੰਗਤ ਕਰਾਂਗਾ ਤੀਰਥ ਕਰਾਂਗਾ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਆ ਕੇ ਰੁਪੜੀ ਚ ਮਾਰਿਆ ਹੈਂਟਰ ਕੱਢ ਲਏ ਪ੍ਰਾਣ ਚੱਲ ਗਈ ਆਪਾਂ ਵੀ ਕਿਤੇ ਸੋਚਦੇ ਨਾ ਰਹਿ ਜੀ ਅਗਲੇ ਦੀਵਾਨਾਂ ਨੂੰ ਛਕਾਂਗੇ ਅੰਮ੍ਰਿਤ ਤੁਹਾਨੂੰ ਪਤਾ ਅਗਲਾ ਸਾਲ ਆਊਗਾ ਆ ਕਈ ਆਪਣੇ ਸੰਗੀ ਸਾਥੀ ਪਿਛਲੇ ਸਾਲ ਹੈਗੇ ਸੀ ਇੱਥੇ ਦੀਵਾਨਾਂ ਚ ਐਤਕੀ ਹੈ ਨੀ ਪਤਾ ਕਿਸੇ ਨੂੰ ਕੋਈ ਪਤਾ ਨੀ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੂਚ ਤਿਆਰੀ ਏ ਇਸ ਗੱਲ ਦਾ ਪਤਾ ਨਾ ਲੱਗੇ ਕੱਲ ਨੂੰ ਕਿਹਦੀ ਵਾਰੀ ਏ ਬਸ ਲੱਗੇ ਰਹੋ ਸੱਚੇ ਨਾਮ ਨੂੰ ਗੁਰੂ ਵਾਲੇ ਬਣ ਕੇ ਉਹ ਬਚਨ ਮਾਰ ਨੇ ਬਾਣੀ ਚ ਲਿਖਿਆ ਹੈ ਗੱਲਾਂ ਮਨ ਦੀਆਂ ਮਨਾਂ ਦੇ ਵਿੱਚ ਰਹਿ ਗਿਆ
ساری عمر مایا کتھی کرتا رہا مایا مایا کرموئے مایا کسے نہ ساتھ کسے دے نال نہیں گئیے جد انت ٹائم آیا پران نکل لگی دا خیال مایا تے چلا گیا بھی کٹھی کرتا رہا کبھی کبھی کر کے ہن چھڈ کے جان لگیا بھگت لوچن جی کہندے جے دا خیال مایا تے چلا گیا نا مرن ویلے اینوں سپ دی جونی جانا پئے ਤਾਹੀਂ ਭਗਤ ਕਬੀਰ ਜੀ ਕਹਿੰਦੇ ਨੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਇਹ ਕਈ ਉੱਠ ਕੇ ਧੂ ਬੱਤੀ ਵੀ ਕਰਦੇ ਲਛਮੀ ਮਾਇਆ ਬਹੁਤੀ ਆਈ ਮਾਇਆ ਜੀ ਜ਼ਿਆਦੀ ਆਈ ਬੜੀ ਪੂਜਾ ਵੀ ਕਰਦੇ ਉਹਦੀ ਮਾਇਆ ਦੀ ਕਹਿੰਦੇ ਜਿਹਦੀ ਪੂਜਾ ਕਰਦੇ ਨੇ ਇਹੀ ਲੜ ਗਏ ਤੈਨੂੰ ਡੰਗ ਮਾਰੇਗੀ ਫਿਰ ਸੱਪ ਦੀ ਜੁਨੀ ਚ ਲੈ ਜਾਏਗੀ ਤੈਨੂੰ ਠੀਕ ਆ ਮਾਇਆ ਗੁਜ਼ਰਾਣਾ ਹੈ ਮਾਇਆ ਵੀ ਜ਼ਿੰਦਗੀ ਨਹੀਂ ਹੈ ਵੀ ਇਕੱਲੀ ਮਾਇਆ ਹੀ ਜ਼ਿੰਦਗੀ ਹੁੰਦੀ ਮਾਇਆ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੁੰਦਾ ਤੇ ਮਾਇਆ ਵੀ ਸਭ ਕੁਛ ਨਹੀਂ ਹੁੰਦੀ ਜ਼ਿੰਦਗੀ ਚ ਜਿੰਨਾ ਚਿਰ ਮਨ ਨੂੰ ਟਕਾ ਨਹੀਂ ਸ਼ਾਂਤੀ ਨਹੀਂ ਅੰਦਰ ਸਹਿਜ ਨਹੀਂ ਹੈ ਮਾਇਆ ਵੀ ਕੱਖ ਨਹੀਂ ਕਰ ਸਕਦੀ ਹੈ ਭਗਤ ਲੋਚਨ ਜੀ ਕਹਿੰਦੇ ਜੇ ਖਿਆਲ ਤੇਰਾ ਮਾਇਆ ਚ ਚਲਾ ਗਿਆ ਤੈਨੂੰ ਸੱਪ ਦੀ ਜੂਨੀ ਚ ਜਾਣਾ ਪਏਗਾ ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਕੀ ਪਤਾ ਕਦੋਂ ਕਿੱਥੇ ਕਿਵੇਂ ਮੌਤ ਆ ਜਾਏ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਬਲ ਬਲ ਔਤਰੈ ਮਨ ਸਮੇਂ ਇਸਤਰੀ ਦਾ ਪੁਰਸ਼ ਵਿੱਚ ਖਿਆਲ ਚਲਾ ਜਾਏ ਪੁਰਸ਼ ਦਾ ਇਸਤਰੀ ਚ ਉਹਨੂੰ ਬੇਸਵਾ ਦੀ ਜੂਨ ਚ ਜਾਣਾ ਪਵੇਗਾ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਬਲ ਬਲ ਔਤਰੈ ਜੇ ਉਹਦਾ ਧੀਆਂ ਪੁੱਤਰਾਂ 'ਚ ਧਿਆਨ ਚੱਲਿਆ ਗਿਆ ਵੀ ਇਹਨਾਂ ਦਾ ਕੀ ਬਣੇਗਾ ਮੈਂ ਤਾਂ ਚੱਲਿਆ ਹੁਣ ਛੱਡ ਕੇ ਤੇਰੇ ਤੋਂ ਪਹਿਲਾਂ ਵੀ ਰੱਬ ਪਾਲਦਾ ਸੀ ਤੇਰੇ ਤੋਂ ਬਾਅਦ ਵੀ ਪਾਲੇਗਾ ਉਹ ਸਾਰਿਆਂ ਦੀ ਪਾਲਣਾ ਉਹੀ ਕਰਦਾ ਜਿਨ੍ਹਾਂ ਦੇ ਮਾਂ ਪਿਓ ਜੰਮਦਿਆਂ ਦੇ ਮਰ ਜਾਂਦੇ ਉਹ ਪਲਦੇ ਨਹੀਂ ਉਹ ਪਲਦੇ ਨੇ ਸਭ ਨੂੰ ਪ੍ਰਿਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਇਹੀ ਨਿਗੁਣਾ ਆਦਮੀ ਹੈ ਜਿਹੜਾ ਉਹਦੇ ਗੁਣਾਂ ਨੂੰ ਨਹੀਂ ਜਾਣਦਾ ਉਹ ਤਾਂ ਉੱਥੇ ਵੀ ਪਾਲਦਾ ਸੀ ਮਾਤਾ ਦੇ ਉਦਰ ਵਿੱਚ ਜਿੱਥੇ ਅਗਨ ਕੁੰਡ ਸੀ ਨਾ ਉੱਥੇ ਵੀ ਤੇਰੀ ਪਾਲਣਾ ਕਰਦਾ ਰਹੇ ਮਾਤਾ ਕੇ ਉਦਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀਆ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਹ ਅਗਨ ਕੁੰਡ ਦੇ ਵਿੱਚ ਤੇਰੀ ਪਾਲਣਾ ਕਰਦਾ ਰਿਹਾ ਉਹ ਸਭ ਥਾਂ ਤੇ ਪਾਲਣਾ ਕਰਦਾ ਪਰਮਾਤਮਾ ਕਹਿੰਦੇ ਜੇ ਮਰਨ ਸਮੇਂ ਬੱਚਿਆਂ ਚ ਧਿਆਨ ਚੱਲਿਆ ਗਿਆ ਫਿਰ ਸੂਰ ਦੀ ਜੂਨੀ ਦੇਖਿਆ ਕਿੰਨੇ ਲਈ ਫਿਰਦੀ ਨੀ ਸੂਰੀ ਲੈ ਫਿਰੀ ਜਾ ਬੱਚਿਆਂ ਦੇ ਵਿੱਚ ਦਸ ਦਸ ਬਾਰਾਂ ਬਾਰਾਂ ਮਗਰ ਫਿਰ ਦਿੰਦੀ ਹੇੜ ਉਹਦੇ ਵੀ ਤੂੰ ਦੋ ਕੁ ਬੱਚਿਆਂ ਦੀ ਕਰਦਾ ਸਨ ਫਿਰ ਲੈ ਜੋਕਾਂ 'ਚ ਕਹਿੰਦੇ ਜੇ ਉਹਦਾ ਮਰਨ ਸਮੇਂ ਧੀਆਂ ਪੁੱਤਰਾਂ 'ਚ ਗਿਆ ਨਾ ਧਿਆਨ ਸੂਰ ਦੀ ਜੂਨੀ 'ਚ ਜਾਏਗਾ ਫਿਰ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਔਤਰੈ ਬੜੇ ਰੀਝਾਂ ਨਾਲ ਮਹਿਲ ਬਣਾਏ ਬੜੇ ਕੀਮਤੀ ਪੱਥਰ ਬੜੀ ਕੀਮਤੀ ਲੱਕੜ ਸ਼ੋ ਪੀਸ ਬੜੇ ਪਰ ਅਜੇ ਤਿਆਰ ਨਹੀਂ ਹੋਇਆ ਕਾਲ ਪੁਰਖ ਦਾ ਹੁਕਮ ਆ ਗਿਆ ਕਈਆਂ ਨੂੰ ਮੰਜਾ ਡਾਹ ਕੇ ਪੈਣ ਦਾ ਹੁਕਮ ਨਹੀਂ ਮਿਲਦਾ ਵਿਚਾਰੇ ਬਣਾਉਂਦੇ ਹੀ ਰਹੇ ਇਹਨਾਂ ਨੇ ਪਹਿਲਾਂ ਹੀ ਚਾਲਾਂ ਮਾਰ ਦਿੰਦੇ
ਕਹਿੰਦੇ ਜੇ ਤੇਰਾ ਧਿਆਨ ਚੱਲਿਆ ਗਿਆ ਨਾ ਮਕਾਨਾਂ 'ਚ ਵੀ ਮੈਂ ਬੜੇ ਰੀਝਾਂ ਨਾਲ ਬਣਾਏ ਸੀ ਪਰ ਹੁਣ ਮੈਨੂੰ ਛੱਡ ਕੇ ਜਾਣਾ ਪੈ ਰਿਹਾ ਤਾਂ ਫਿਰ ਤੈਨੂੰ ਪ੍ਰੇਤ ਦੀ ਜੁਨੀ ਮਿਲੇਗੀ। ਇਹ ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ। ਜੇ ਤੇਰਾ ਅੰਤ ਵੇਲੇ ਧਿਆਨ ਚੱਲਿਆ ਗਿਆ ਨਾਮ 'ਚ, ਇਹ ਗੁਰੂ ਵਾਲਾ ਕਿਉਂ ਬਣਨਾ ਪੈਂਦਾ ਹੈ, ਕਿਉਂ ਜ਼ਰੂਰੀ ਹੈ? ਜਿੰਨੀ ਕਮਾਈ ਕਰ ਲਵੇ ਗੁਰਸਿੱਖ ਓਨੀ ਥੋੜ੍ਹੀ ਹੈ। ਜਦੋਂ ਦਾ ਵਕਤ ਅੰਤ ਆਉਂਦਾ ਨਾ ਗੁਰਸਿੱਖ ਦਾ, ਭਾਵੇਂ ਮਾਈ ਹੈ ਚਾਹੇ ਭਾਈ ਹੈ, ਬਸ ਗੁਰੂ ਦਾ ਇਹੀ ਕੰਮ ਹੈ ਉਹਨੂੰ ਉਹਦਾ ਖਿਆਲ ਆਪਣੇ ਚਰਨਾਂ 'ਚ ਲੈ ਜਾਂਦਾ। ਇਸ ਤਰ੍ਹਾਂ ਆਪਣੇ ਲੋਕ ਨੂੰ ਲੈ ਜਾਂਦਾ, ਜਿਵੇਂ ਆਹ ਬੱਚੇ ਨਾਲ ਆਏ ਨਾ ਮਾਈਆਂ ਦੇ ਦੀਵਾਨ 'ਚ, ਜਾਣ ਲੱਗੇ ਉਂਗਲੀ ਲਾ ਕੇ ਆਪਣੇ ਘਰ ਨੂੰ ਲੈ ਜਾਣਗੇ। ਗੁਰੂ ਦਾ ਸਿੱਖ, ਗੁਰੂ ਉਹਨੂੰ ਨਰਕ 'ਚ ਨਹੀਂ ਜਾਣ ਦੇਗਾ। ਗੁਰੂ ਦਾ ਬਿਰਧ ਹੈ ਨਾ, ਫਿਰ ਲਾਜ ਰੱਖੇਗਾ। ਅੰਤ ਕਾਲ ਨਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾਗ ਕੇ ਹਿਰਦੈ ਵਸੈ। ਕਹਿੰਦੇ ਫਿਰ ਕੋਈ ਦੁਨੀਆਂ ਦੀ ਸ਼ਕਤੀ ਉਹਨੂੰ ਜਨਮ 'ਚ ਨਹੀਂ ਲਿਜਾ ਸਕਦੀ। ਭਗਤ ਲੋਚਨ ਜੀ ਦਾ ਸ਼ਬਦ ਹੈ ਬਾਣੀ 'ਚ, ਵੇਲੇ ਅੰਤ ਦੇ ਹਰੀ ਚਿੱਤ ਆਵੇ, ਜਾਈਏ ਸੱਚ ਖੰਡ ਨੂੰ, ਆਪਾਂ ਕਹਾਂਗੇ ਤਾਂ ਕੰਮ ਹੀ ਬੜਾ ਸੌਖਾ ਹੈ। ਹੁਣ ਰੱਜ ਰੱਜ ਕੇ ਸ਼ਰਾਬਾਂ ਪੀ ਜਾਂਦੇ ਹਾਂ, ਮੂੰਹ ਸਿਰ ਮੁੰਨੀ ਜਾਂਦੇ ਹਾਂ, ਜੀਵਾਂ ਦੇ ਗਲ ਵੱਢ ਵੱਢ ਕੇ ਖਾਈ ਜਾਂਦੇ ਹਾਂ। ਜਦ ਔਖਾ ਜਿਹਾ ਸਾਉਣ ਲੱਗਿਆ ਵਾਹਿਗੁਰੂ 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 ਕਰਨ ਲੱਗ ਜਾਂਗੇ, ਸੱਚਖੰਡ ਨੂੰ ਤੁਰ ਜਾਂਗੇ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਹੁਣ ਜਪਣਾ ਸ਼ੁਰੂ ਕਰ, ਸੁਭਾਅ ਬਣਾ ਆਪਣਾ, ਹੁਣ ਉੱਠਿਆ ਕਰ, ਸਵੇਰੇ ਭਜਨ ਕਰਿਆ ਕਰ, ਨਿਤਨੇਮ ਕਰਿਆ ਕਰ, ਸੰਗਤ 'ਚ ਜਾਇਆ ਕਰ, ਫਿਰ ਤਾਂ ਤੇਰਾ ਖਿਆਲ 'ਚ ਰਹਿ ਜਾਏਗਾ। ਜੇ ਆਕੇ ਤੂੰ ਵੀ ਹੁਣ ਮੈਂ ਮਰਜ਼ੀਆਂ ਕਰਾਂ ਪਾਪ ਕਰੀਆਂ, ਫਿਰ ਉੱਥੇ ਜਾਏਗਾ ਜਿੱਥੇ ਤੇਰਾ ਸੁਭਾਅ ਪੱਕਿਆ ਹੋਇਆ। ਭਾਈ ਗੁਰਦਾਸ ਜੀ ਨੇ ਕਈ ਪ੍ਰਮਾਣ ਦੇ ਕੇ ਸਮਝਾਇਆ। ਭਾਈ ਗੁਰਦਾਸ ਜੀ ਕਹਿੰਦੇ ਘਰ ਨੂੰ ਲੱਗ ਜਾਏ ਅੱਗ ਤੇ ਘਰ ਵਾਲਾ ਉੱਠ ਕੇ ਲੈ ਕੇ ਕਈ ਖੂਹ ਪੱਟਣ ਲੱਗ ਜਾਏ, ਵੀ ਮੈਂ ਖੂਹ ਪੱਟ ਕੇ ਘਰ ਨੂੰ ਲੱਗੀ ਅੱਗ ਬੁਝਾਉਣੀ ਹੈ, ਬੁਝੇਗੀ, ਜਦ ਉਹਦਾ ਸਵਾਹ ਵੀ ਨਹੀਂ ਲੱਭਣੀ ਉੱਡ ਜਾਏਗੀ ਸਵਾਹ ਬਣ ਕੇ। ਹਾਂ, ਪਹਿਲਾਂ ਇੰਤਜ਼ਾਮ ਕੀਤਾ ਹੋਇਆ ਫਿਰ ਬੁਝਾ ਸਕਦਾ।
جیسے کر لگے آگ جاگ کوہ کھودیو چاہے کار جنا سدھ ہوئے روئے پشت آئیے پہلا کوہ پٹیا ہوئے گا جہاں پہلا پانی دا پربند ہوا ہے پھر تب جا سکتا ہے جیسے سنگرام سمے سکھیو چاہے بیر بدیا انتھا ادم جیت پدوی نہ پائی ہے لڑائی لگ جائے دشمن بوئے گیا کے کھڑ جائے کارالا کہے ٹھہر جا مینوں گتکا سکھاؤ دے پھر میں تیرے نال دو ہاتھ دے سکھن دے گا مار کے پرپڑی چ پران کٹ لے گا ہاں پہلا سکھیا ہوئے پھر وہ مقابلہ کر سکتا اگے لوگ سکھاں تو نہیں ڈردے ہوندے سکھاں نے کرتباں تو ڈردے سی ہر ایک سکھ شاستر ودیا جاندا ہوندا سی جد لوڑ پیندی سی کلا ہی آہوں نال نہ سی تاں ڈردے سی لوگ ہن اپنے گھر دے ڈردے نے نشہ کھان لگ گیا کدے گردے نہ خراب ہو جان کدے ਇਹਦਾ ਲੀਵਰ ਕੰਮ ਛੱਡ ਦੇ ਇਹ ਤਾਂ ਨਰਕ ਭੋਗੇਗਾ ਨਾਲ ਸਾਨੂੰ ਵੀ ਭੋਗਣਾ ਪਏਗਾ ਕਈਆਂ ਦੇ ਖਰਾਬ ਹੋ ਗਏ ਨਾ ਕਈਆਂ ਦਾ ਲੀਵਰ ਛੱਡ ਗਏ ਕੰਮ ਕਈਆਂ ਦੇ ਗੁਰਦੇ ਛੱਡ ਗਏ ਇੱਥੇ ਨਰਕ ਭੋਗਦੇ ਅੱਗੇ ਸੱਚਖੰਡ ਚਲੇ ਜਾਣ ਅੱਗੇ ਲੋਕ ਡਰਦੇ ਸੀ ਹੁਣ ਘਰ ਦੇ ਡਰਦੇ ਸਾਡੇ ਵੀ ਸ਼ਰਾਬ ਪੀਣ ਲੱਗ ਗਿਆ ਪਤਾ ਨਹੀਂ ਕਦੋਂ ਇਹਦੇ ਗੁਰਦੇ ਖਰਾਬ ਹੋ ਜਾਣੇ ਇਹਦਾ ਲੀਵਰ ਕਦੋਂ ਖਰਾਬ ਹੋ ਜਾਣੇ ਅੱਗੇ ਲੋਕ ਸਿੱਖਾਂ ਤੋਂ ਨਹੀਂ ਸਿੱਖਾਂ ਦੇ ਕਰਤੱਬਾਂ ਤੋਂ ਡਰਦੇ ਹੁੰਦੇ ਸੀ ਹਰ ਇੱਕ ਸਿੱਖ ਦਾ ਪੁੱਤਰ ਸ਼ਾਸਤਰ ਵਿੱਦਿਆ ਜਾਣਦਾ ਸੀ ਹਰ ਇੱਕ ਪਿੰਡ 'ਚ ਅਖਾੜਾ ਹੁੰਦਾ ਸੀ ਅਖਾੜਾ ਆਹ ਥੋੜ੍ਹਾ ਚਿਰ ਹੀ ਹੋਇਆ ਬੰਦ ਹੋਏ ਨੇ ਆ ਹਰ ਕੱਡੇ ਦੇ ਠੇਕਾ ਸ਼ਰਾਬ ਦਾ ਆਹ ਦੇਖ ਲਓ ਕਿੱਡੀ ਸਿਆਣੀ ਗੱਲ ਹੈ ਸਾਡੀ ਇੱਥੇ ਸਰਪੰਚ ਬੈਠੇ ਹੋਣਗੇ ਪਿੰਡਾਂ ਦੇ ਕਮੇਟੀ ਮੈਂਬਰ ਵੀ ਬੈਠੇ ਹੋਣਗੇ ਠੇਕੇ ਦੀ ਕਮਾਈ ਨਾਲ ਕਿੰਨੀ ਕੁ ਪਿੰਡ 'ਚ ਆਮਦਨ ਹੋ ਗਈ ਠੀਕ ਹੈ ਜਿਹਨੇ ਪਿਉਣਾ ਪੀਣਾ ਨਾ ਪਿਓ ਲਿਆ ਕੇ ਪੀ ਲੇਗਾ ਪਰ ਇੰਨਾ ਸੌਖਾ ਨਾ ਨਾ ਕਰ ਦੇਵੇ ਅੱਡੇ ਤੋਂ ਆ ਜਾਵੇ ਜਾਏ ਜਿਹਨੇ ਜਾਣਾ ਕੋਈ ਅੱਡਾ ਲੰਘ ਜਾਓ ਤੁਸੀਂ ਜਿੰਨੇ ਗੁਰਦੁਆਰੇ ਉਹਨੇ ਠੇਕੇ ਇਹ ਨਾ ਸਮਝੀ ਕੋਈ ਪੀਏਗਾ ਇਹ ਅੱਗ ਦਾ ਸਿੱਗ ਤੇਰੇ ਘਰ ਵੀ ਆ ਸਕਦਾ ਜਿਹੜੇ ਤੈਨੂੰ ਦੂਜੇ ਘਰ ਬਸੰਤ ਲੱਗਦੀ ਹੈ ਨਾ ਜਾਂ ਤੇਰੇ ਘਰ ਆਪਣੀ ਸੇਕ ਉਦਣ ਲੱਗੇਗਾ ਤੈਨੂੰ ਹਰ ਇੱਕ ਪਿੰਡ 'ਚ ਅਖਾੜਾ ਹੁੰਦਾ ਸੀ ਸ਼ਾਮ ਨੂੰ ਨੌਜਵਾਨ ਕਬੱਡੀ ਕੋ ਕੁਸ਼ਤੀ ਵਰਜਿਸ ਕਰਦੇ ਹੁੰਦੇ ਸੀ ਤੇ ਉੱਥੇ ਹੁਣ ਸਾਧ ਸੰਗਤ ਜੀ ਨਸ਼ੇ ਨੇ ਡੇਰਾ ਲਾ ਲਿਆ ਸਾਨੂੰ ਲੋਕਾਂ ਨੇ ਕਿਵੇਂ ਖਤਮ ਕੀਤਾ ਦੁਸ਼ਮਣਾਂ ਨੇ ਦੇਖ ਲਿਆ ਤੋਪਾਂ ਦੇ ਅੱਗੇ ਖੜਾ ਖੜਾ ਕੇ ਉਡਾ ਕੇ ਦੇਖ ਲਏ ਨਹੀਂ ਮਰਦੇ ਇਹਨਾਂ ਨੂੰ ਆਰੀਆਂ ਨਾਲ ਚੀਰ ਚੀਰ ਕੇ ਵੇਖ ਲਿਆ ਮੁੱਕਦੇ ਨਹੀਂ ਭੱਠੀਆਂ 'ਚ ਬੜਾ ਸਾੜਿਆ ਇਹਨਾਂ ਨੂੰ ਇਹ ਨਹੀਂ ਮਰਦੇ ਕਿਵੇਂ ਮਾਰਿਆ ਸਾਨੂੰ ਫਿਰ ਸਾਡੇ ਆਪਣਿਆਂ ਨੇ ਸਾਨੂੰ ਫਿਰ ਨਸ਼ੇ 'ਚ ਲਾ ਦਿੱਤਾ ਸਾਧ ਸੰਗਤ ਕਹਿੰਦੇ ਆ ਸਰਕਾਰਾਂ ਨਸ਼ਾ ਬੰਦ ਕਰਾ ਦੇਣਗੀਆਂ ਚਲੋ ਬਾਕੀ ਸਰਕਾਰਾਂ ਦਾ ਛੱਡੋ ਆਪਣਾ 10 ਸਾਲ ਜਦੋਂ ਸਰਕਾਰ ਰਹੀ ਉਦੋਂ ਕਿੰਨਾ ਕੁ ਛਡਾ ਦਿੱਤਾ ਸਭ ਤੋਂ ਜ਼ਿਆਦਾ ਉਦੋਂ ਲੱਗਿਆ ਸਾਧ ਸੰਗਤ ਬਗਾਨਿਆਂ ਨੇ ਨਹੀਂ ਮਾਰਿਆ ਸਾਨੂੰ ਆਪਣਿਆਂ ਨੇ ਮਾਰਿਆ ਹੋਇਆ ਆ ਬੰਦੀ ਸਿੰਘ 10 ਸਾਲਾਂ 'ਚ ਯਾਦ ਨਹੀਂ ਆਏ ਉਦੋਂ ਇਹ ਤਾਂ 30-30 ਸਾਲ ਹੋ ਗਏ ਉਦੋਂ ਕਿਉਂ ਨਹੀਂ ਨਾਂ ਲਿਆ ਕਿਸੇ ਨੇ ਉਹਨੇ ਛਡਾ ਸਕਦੇ ਸੀ ਉਦੋਂ ਹੁਣ ਵੇਖ ਲਓ ਮਰਾਸਣ ਵਾਲੇ ਕਿਵੇਂ ਅਥਰੂ ਸਿੱਟ ਰਹੇ ਨੇ ਬੰਦੀ ਸਿੰਘ ਰਿਹਾਈ ਕਰਾਉਣੇ ਦਸਖਤ ਕਰੋ ਉਦੋਂ ਨਹੀਂ ਕਰਾਏ ਉਦੋਂ ਨਹੀਂ ਸੀ ਸਿੰਘ ਹੁਣ ਬਣਿਆ ਖਤਰਾ ਆਪਣਿਆਂ ਤੋਂ ਹੈ ਬਗਾਨਿਆਂ ਤੋਂ ਨਹੀਂ ਹੈ ਸਾਧ ਸੰਗਤ ਸਾਨੂੰ ਬਗਾਨਿਆਂ ਤੋਂ ਕੋਈ ਖਤਰਾ ਨਹੀਂ ਸਾਨੂੰ ਮਾਰਿਆ ਹੀ ਆਪਣਿਆਂ ਨੇ ਹੋਇਆ ਹੈ
ਇਹ ਜਿਹੜੇ ਕੌਮ ਦੇ ਵਫਾਦਾਰ ਨੇ ਜਿਹੜੇ ਕੁਰਬਾਨੀਆਂ ਦਿੰਦੇ ਨੇ ਗਦਾਰ ਵੀ ਨਾਲ ਤੁਰੇ ਨੇ ਗਦਾਰਾਂ ਨੇ ਜ਼ਿਆਦਾ ਮਾਰਿਆ ਹੋਇਆ ਆਪਾਂ ਨੂੰ ਸਾਡੇ ਭੇਗ ਵਿੱਚ ਨਾਲ ਫਿਰਦੇ ਨੇ ਤੇ ਜ਼ਿਆਦਾ ਆਪਣੇ ਨੁਕਸਾਨ ਕਰ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਅਨਥਾ ਉਦਮ ਜੈਤ ਪਦਵੀ ਨਾ ਪਾਈਏ ਜੈਤ ਰਥ ਇੱਕ ਸੂਰਮਾ ਸੀ ਜੈਤ ਰਥ ਉਹਨੂੰ ਜਿੱਤ ਨਹੀਂ ਸੀ ਸਕਦਾ ਉਹ ਪ੍ਰਮਾਣ ਦਿੱਤਾ ਭਾਈ ਗੁਰਦਾਸ ਨੇ ਕਹਿੰਦੇ ਲੜਾਈ ਲੱਗ ਜਾਏ ਤੇ ਦੁਸ਼ਮਣ ਬੂਹ ਗਿਆ ਕੇ ਖੜ ਜਾਏ ਉਹਨੂੰ ਕਹੇ ਖੜ ਜਾ ਮੈਂ ਗੱਤਕਾ ਸਿੱਖ ਗਿਆ ਉਹਨਾਂ ਫਿਰ ਕਿਵੇਂ ਜੈਤ ਦੀ ਪਦਵੀ ਪਾ ਲੇਗਾ ਉਹ ਜੈਸੇ ਨਿਸ ਸੋਬਤ ਸੰਗਾਤੀ ਚੱਲ ਜਾਤ ਪਾਛੇ ਹੋਰ ਭਏ ਬਾ ਭਾਰ ਬਾਂਧ ਚੱਲੇ ਕੱਤ ਜਾਈਏ ਮੁਸਾਫਰਖਾਨੇ ਵਿੱਚ ਮੁਸਾਫਰ ਆਰਾਮ ਕਰ ਰਹੇ ਸੀ ਜਿਹੜੇ ਉੱਦਮੀ ਮੁਸਾਫਰ ਸੀ ਉਹ 2 ਵਜੇ ਉੱਠੇ ਆਪਣਾ ਸਮਾਨ ਲੈ ਕੇ ਤੁਰ ਪਏ ਦਿਨ ਚੜ੍ਹਦੇ ਨੂੰ 7-8 ਕੋਹ ਪੈਂਡਾ ਕਰ ਗਏ 20 ਕਿਲੋਮੀਟਰ ਤੁਰ ਕੇ ਲੰਘ ਗਏ ਅੱਗੇ ਉਹ ਜਿਹੜੇ ਸੁੱਤੇ ਪਏ ਸੀ ਨਾ ਆਲਸ ਦੇ ਮਾਰੇ ਹੋਏ ਉਹ ਦਿਨ ਚੜੇ ਉੱਠੇ ਮਗਰ ਭੱਜਦੇ ਨੇ ਗੱਡੜੀਆਂ ਲੈ ਕੇ ਰਲ ਜਾਣਗੇ ਉਹਨਾਂ ਨਾਲ ਨਹੀਂ ਰਲ ਸਕਦੇ ਸਾਧਸੰਗ ਜੀ ਭਾਵੇਂ ਦੁਨਿਆਵੀ ਕੰਮ ਹੈ ਭਾਵੇਂ ਰੱਬ ਦਾ ਰਸਤਾ ਹੈ ਜਿਹੜੇ ਉੱਦਮ ਕਰਦੇ ਨੇ ਉਹ ਤਰੱਕੀ ਕਰ ਜਾਂਦੇ ਨੇ ਉੱਦਮ ਕਰਦੇ ਆ ਜੀਓ ਤੂੰ ਕਮਾਮ ਦਿਆਂ ਸੁੱਖ ਪੁੰਚ ਜੇ ਤੂੰ ਦੁਨਿਆਵੀ ਸੁੱਖ ਵੀ ਲੈਣਾ ਤਾਂ ਵੀ ਤੈਨੂੰ ਉੱਦਮ ਕਰਨਾ ਪਏਗਾ ਮਿਲਦਾ ਸਾਰਿਆਂ ਨੂੰ ਆਪੋ ਆਪਣੀ ਕਿਸਮਤ ਦਾ ਹੀ ਹੈ ਪਰ ਜਿਹੜੇ ਉੱਦਮੀ ਬੰਦੇ ਨੇ ਕਿਸਮਤ ਉਹਨਾਂ ਦੇ ਮਗਰ ਮਗਰ ਫਿਰਦੀ ਹੈ ਦਲਿੱਦਰੀ ਦੇ ਬੂਹੇ ਅੱਗੋਂ ਆ ਕੇ ਮੁੜ ਜਾਂਦੀ ਹੈ ਜੇ ਦੁਨਿਆਵੀ ਧਨ ਵੀ ਕਮਾਉਣਾ ਤੈਨੂੰ ਉੱਦਮ ਕਰਨਾ ਪਏਗਾ ਫਿਰ ਆਪਾਂ ਵਾਲੇ ਪਾਸੇ ਤਾਂ ਕਾਮਯਾਬੀ ਉੱਦਮ ਕਰਨ ਵਾਲਾ ਆਲਸੀ ਨਹੀਂ ਹੁੰਦਾ ਕਦੇ ਵੀ ਕਾਮਯਾਬ ਉਹ ਜਿੰਨਾ ਮਰਜ਼ੀ ਹਿਬੜੇ ਹਿਬੜੇ ਹਿਬੜ ਕਰਦਾ ਫਿਰੀ ਜੇ ਨਹੀਂ ਕਾਮਯਾਬ ਹੋਏਗਾ ਤੈਸੇ ਮਾਇਆ ਅੰਧ ਧੰਦ ਅਵਧ ਵਿਹਾਰਤ ਜਾਏ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ ਹੈ ਸਾਰੀ ਉਮਰ ਧੰਦਿਆਂ ਚ ਲੰਘਾਤੀ ਮਾਇਆ ਚ ਲੰਘਾ ਦਿੱਤੀ ਭਜਨ ਨਹੀਂ ਕਰਿਆ ਸਿਮਰ ਨਹੀਂ ਕਰਿਆ ਦਾਨ ਪੁੰਨ ਨਹੀਂ ਕਰਿਆ ਸੰਗਤ ਨਹੀਂ ਕੀਤੀ ਅੰਤ ਵੇਲੇ ਕਿਵੇਂ ਤੇਰੀ ਸੁਰਤ ਨਾਲ ਨਾਮ ਨਾਲ ਲੱਗ ਜਾਏਗੀ ਹੁਣ ਜਪਣ ਲੱਗ ਜਾ ਥੋੜਾ ਥੋੜਾ ਸ਼ੁਰੂ ਕਰ ਦੇ ਸਵੇਰੇ ਸ਼ਾਮ ਫਿਰ ਵਧਾਈ ਜਾਏਗਾ ਤੇਰਾ ਪ੍ਰੇਮ ਹੋ ਜਾਏਗਾ ਸ਼ਬਦ ਨਾਲ ਬਾਣੀ ਨਾਲ ਫਿਰ ਤੇਰੀ ਸੁਰਤ ਲੱਗੇਗੀ ਅੰਤ ਵੇਲੇ ਨਹੀਂ ਤਾਂ ਫਿਰ ਉੱਥੇ ਜੰਮੇਗਾ ਜਿੱਥੇ ਵਾਸ਼ਨਾ ਹੋਵੇਗੀ ਜਾਂ ਜਿਹੜੀ ਤੇਰੇ ਅੰਦਰ ਵਾਸ਼ਨਾ ਪੱਕੀ ਹੋਵੇਗੀ ਨਾ ਉੱਥੇ ਜਨਮ ਮਿਲੇਗਾ ਤੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ 14 ਜੰਗ ਕੀਤੇ ਆਪਣੀ ਤੇਗ ਨਾਲ ਤੇ 14 ਹੀ ਫਤਿਹ ਕੀਤੇ ਮਹਾਰਾਜ ਨੇ ਦੁਨੀਆ ਦੇ ਜੰਗ ਇਹਨਾਂ 3 ਗੱਲਾਂ ਤੋਂ ਹੋਏ ਨੇ ਜਰ ਜੋਰੂ ਤੇ ਜ਼ਮੀਨ ਇਸਤਰੀ ਪੈਸਾ ਤੇ ਜ਼ਮੀਨ ਭਾਵੇਂ ਘਰਾਂ 'ਚ ਲੜਾਈਆਂ ਨੇ ਭਾਵੇਂ ਕੌਮਾਂ 'ਚ ਨੇ ਦੇਸ਼ਾਂ 'ਚ ਨੇ ਵੱਡੇ ਕਾਰਨੇ 3 ਮੰਨੇ ਗਏ ਨੇ ਪਰ ਗੁਰੂ ਘਰ ਦੇ ਜਿੰਨੇ ਜੰਗ ਹੋਏ ਨਾ ਇਸਤਰੀ ਵਾਸਤੇ ਨਾ ਪੈਸੇ ਵਾਸਤੇ ਨਾ ਜ਼ਮੀਨ ਵਾਸਤੇ ਇਹ ਧਰਮ ਯੁੱਧ ਹੋਏ ਨੇ 6ਵੇਂ ਪਾਤਸ਼ਾਹ ਕਿਸੇ ਤੇ ਚੜ੍ਹ ਕੇ ਨਹੀਂ ਗਏ ਨਾ 10ਵੇਂ ਪਾਤਸ਼ਾਹ ਕਿਸੇ ਉੱਤੇ ਚੜ੍ਹਾਈ ਕਰਕੇ ਗਏ ਜਿਹੜਾ ਗੁਰੂ ਘਰ ਤੇ ਚੜ੍ਹ ਕੇ ਆਇਆ ਉਹਨੂੰ ਲਾਹ ਕੇ ਘੱਲਿਆ ਮਹਾਰਾਜ ਨੇ ਚੜ੍ਹਾਈ ਕਰਕੇ ਕਿਸੇ ਤੇ ਨਹੀਂ ਗਈ ਮਹਾਰਾਜ
ਇਹਨੂੰ ਕਹਿੰਦੇ ਨੇ ਆਪਣੀ ਸਵੈ ਰੱਖਿਆ ਤੁਹਾਡੇ ਘਰ ਤੇ ਚੜ ਕੇ ਆ ਗਿਆ ਉਹਦੇ ਅੱਗੇ ਹੱਥ ਜੋੜਨੇ ਵੀ ਪਾਪ ਹੈ ਤੇ ਕਿਸੇ ਦੇ ਘਰ ਤੇ ਚੜ ਕੇ ਜਾਣਾ ਵੀ ਪਾਪ ਹੈ ਜਿਹੜਾ ਚੜ ਕੇ ਆਇਆ ਫਿਰ ਲਾਭ ਕੇ ਘੱਲਿਆ ਮਹਾਰਾਜ ਨੇ ਚੜ੍ਹਾਈ ਕਰਕੇ ਨਹੀਂ ਗਏ ਮਹਾਰਾਜ ਕਿਸੇ ਦੇ ਉੱਤੇ ਚੌਦਵਾਂ ਜੰਗ ਖਦਰਾਣੇ ਦੀ ਢਾਬ ਤੇ ਹੋਇਆ ਮੁਕਤਸਰ ਦੀ ਧਰਤੀ ਤੇ ਇੱਥੇ ਉਹ ਬਦਾਵੀਏ ਸਿੰਘ ਜਿਹੜੇ ਬਦਾਵਾ ਲਿਖ ਕੇ ਦੇ ਕੇ ਚਲੇ ਗਏ ਸੀ ਨਾ ਮਾਈ ਭਾਗੋ ਲੈ ਕੇ ਆਈ ਸੀ ਇਹਨਾਂ ਨੂੰ ਪ੍ਰੇਰ ਕੇ ਖੱਤਰੀਆਂ ਦੀ ਧੀ ਸੀ ਇਹ ਧੀ ਤਾਂ ਇਹ ਚੌਧਰੀ ਦੀ ਸੀ ਜਿਹਦੇ ਘਰ ਬੀਬੀ ਵੀਰ ਉਹਦੀ ਸ਼ਾਦੀ ਹੋਈ ਸੀ ਨਾ ਜਾ ਕੇ ਚਬਾਲ ਲੰਗਾਹਾ ਚੌਧਰੀ ਛੇਵੇਂ ਪਾਤਸ਼ਾਹ ਦੀ ਧੀ ਦਾ ਵਿਆਹ ਭਾਈ ਲੰਗਾਹੇ ਦੇ ਘਰ ਜਾ ਕੇ ਚਬਾਲ ਹੋਇਆ ਸੀ ਪਹਿਲਾ ਜੰਗ ਪਿਪਲੀ ਸਾਹਿਬ ਦਾ ਬੀਬੀ ਵੀਰ ਉਹਦੇ ਵਿਆਹ ਨੂੰ ਹੋਇਆ ਸੱਤ ਹਜ਼ਾਰ ਫੌਜ ਚੜ੍ਹ ਕੇ ਆ ਗਈ ਇੱਧਰ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਜੰਗ ਸ਼ੁਰੂ ਹੋ ਗਿਆ ਫਿਰ ਭਾਈ ਬਿਧੀ ਚੰਦ ਜੀ ਬੀਬੀ ਵੀਰੋਂ ਨੂੰ ਲੈ ਕੇ ਗਏ ਚਬਾਲ ਇਹ ਸ਼ਰਧਾਲੂ ਸੀ ਨਾ ਸੇਵਕ ਮਹਾਰਾਜ ਦਾ ਲੰਗਾਹਾ ਇੱਥੇ ਜਾ ਕੇ ਆਨੰਦ ਕਾਰਜ ਹੋਏ ਬੀਬੀ ਵੀਰੋ ਦੇ ਜਦ ਬੀਬੀ ਵੀਰੋ ਡੋਲੇ ਚ ਬੈਠਣ ਲੱਗੀ ਨਾ ਉਹ ਚਾਰ ਉਸ ਡੋਲੇ ਨੂੰ ਚੱਕਦੇ ਸੀ ਕਹਾਰ ਕਹਿੰਦੇ ਸੀ ਜਿਹੜੇ ਡੋਲੀ ਨੂੰ ਚੱਕਦੇ ਹੁੰਦੇ ਜਿਹੜੇ ਪਾਲਕੀ ਨੂੰ ਵੀ ਚੱਕ ਕੇ ਤੁਰਦੇ ਨੇ ਉਹਨਾਂ ਨੂੰ ਕਹਾਰ ਕਹਿੰਦੇ ਨੇ ਉਹ ਡੋਲੀ ਚ ਬੈਠ ਗਈ ਨਾ ਜਦੀ ਬੀਬੀ ਵੀਰੋ ਜਦ ਧੀ ਘਰੋਂ ਤੁਰਦੀ ਹੈ ਨਾ ਪਿਤਾ ਦੇ ਘਰੋਂ ਪਿਤਾ ਫਿਰ ਪਿਆਰ ਦਿੰਦਾ ਧੀ ਦੇ ਸਿਰ ਤੇ ਵਿਦਾ ਕਰਦਾ ਉਹਨੂੰ ਕਹਿੰਦੇ ਜਦੋਂ ਧੀ ਤੁਰਦੀ ਹੈ ਨਾ ਘਰੋਂ ਪਿਤਾ ਸਿਰ ਤੇ ਪਿਆਰ ਦਿੰਦਾ ਉਦੋਂ ਧਰਤੀ ਹਿੱਲਦੀ ਇੱਕ ਵਾਰੀ ਵੀ ਧੰਨ ਹੈ ਪਿਤਾ ਜੀ ਨੇ ਆਪਣਾ ਦਿਲ ਦਾ ਟੁਕੜਾ ਤੋੜ ਕੇ ਕਿਸੇ ਦੇ ਗਲ ਲਾ ਦਿੱਤਾ ਸੌਖਾ ਨਹੀਂ ਹੁੰਦਾ ਪਰ ਇਹ ਰੀਤ ਐਸੀ ਬਣੀ ਹੋਈ ਹੈ ਸਾਧ ਸੰਗਤ ਦੀ ਅੱਜ ਤਾਂ ਲੋਭ ਨੇ ਮੱਤ ਮਾਰ ਦਿੱਤੀ ਨਾ ਲੋਕਾਂ ਦੀ ਲੋਭੀ ਹੋ ਗਏ ਲੋਕ ਜਦ ਬੀਬੀ ਵੀਰੋ ਡੋਲੀ ਚ ਬੈਠੀ ਛੇਵੇਂ ਪਾਤਸ਼ਾਹ ਪਿਆਰ ਦੇਣ ਵਾਸਤੇ ਆਏ ਛੇਵੇਂ ਪਾਤਸ਼ਾਹ ਕਹਿੰਦੇ ਧੀਏ ਬੀਬੀ ਵੀਰੋ ਧੀਆਂ ਮੰਗ ਮੰਗ ਕੇ ਦਾਜ ਲੈਂਦੀਆਂ ਨੇ ਮਾਂ ਪਿਓ ਤੋਂ ਤੂੰ ਵੀ ਕੁਛ ਮੰਗ ਲੈਂਦੀ ਅਸੀਂ ਤੈਨੂੰ ਦੇ ਦਿੰਦੇ ਉੱਤਰ ਨਾਮ ਰਤੜੀ ਸੀ ਨਾ ਵੀਰੋ ਜੇ ਅੱਜ ਕੱਲ੍ਹ ਹੀ ਧੀ ਉਹਦੀ ਟੀਣ ਮੰਗ ਲੈਂਦੀ ਬਾਪੂ ਕਾਰ ਹੀ ਦੇ ਦੇ ਵੱਡੀ ਭਾਵੇਂ ਰਾਹ 'ਚ ਮੈਂ ਐਕਸੀਡੈਂਟ ਨਾਲ ਹੀ ਮਰ ਜਾਂਦੀ ਮੰਗਣੀ ਸੀ ਨਾ ਗਹਿਣੇ ਦੇ ਦੇ ਭਾਵੇਂ ਰਾਹ 'ਚ ਖੋਹ ਹੀ ਲੈਂਦਾ ਕੋਈ ਚਾਰ ਡੰਡੇ ਮਾਰ ਕੇ ਸਾਨੂੰ ਦੱਸਿਆ ਹੈ ਮੰਗਣਾ ਕੀ ਹੈ ਪਰ ਆਪਾਂ ਮੰਗਿਆ ਨਹੀਂ ਕਦੇ ਉਹ ਬੀਬੀ ਵੀਰੋ ਜਿਹਦਾ ਦਾਦਾ ਪੰਜਵੇਂ ਪਾਤਸ਼ਾਹ ਸੀ ਜਿਹਦਾ ਪੜਦਾਦਾ ਚੌਥੇ ਪਾਤਸ਼ਾਹ ਸੀ ਜਿਹਦਾ ਵੀਰ ਨੌਵੇਂ ਪਾਤਸ਼ਾਹ ਸੀ ਜਿਹਦਾ ਭਤੀਜਾ ਦਸਵੇਂ ਪਾਤਸ਼ਾਹ ਸੀ ਬੀਬੀ ਵੀਰੋ ਦਸਵੇਂ ਪਾਤਸ਼ਾਹ ਦੀ ਭੂਆ ਸੀ ਇਹ ਨੌਵੇਂ ਪਾਤਸ਼ਾਹ ਦੀ ਭੈਣ ਲੱਗਦੀ ਸੀ ਬੀਬੀ ਵੀਰੋ ਧੰਨ ਸੀ ਉਹ ਜਿਹਦਾ ਵੀਰ ਨੌਵੇਂ ਪਾਤਸ਼ਾਹ ਜਿਹਦਾ ਪਿਤਾ ਛੇਵੇਂ ਪਾਤਸ਼ਾਹ ਸੀ ਜਿਹਦਾ ਦਾਦਾ ਚੌਥੇ ਪਾਤਸ਼ਾਹ ਸੀ ਜਿਹਦਾ ਪੜਦਾਦਾ ਚੌਥੇ ਪਾਤਸ਼ਾਹ ਸੀ ਉਹ ਸੀ ਬੀਬੀ ਵੀਰੋ ਹੱਥ ਜੋੜ ਕੇ ਕਹਿੰਦੇ ਗੁਰੂ ਪਿਤਾ ਜੇ ਮੈਨੂੰ ਦਾਜ ਹੀ ਦੇਣਾ ਹੈ ਤਾਂ ਉਹ ਦਾਜ ਦਿਓ ਜਿਹੜਾ ਫਿਰ ਮੇਰੇ ਅੱਗੇ ਪ੍ਰਲੋਕ 'ਚ ਵੀ ਕੰਮ ਆ ਜਾਵੇ ਮੈਨੂੰ ਨਾਮ ਨਾ ਕਦੇ ਵਿਸਰੇ ਕਿਰਪਾ ਕਰੋ ਨਾ ਕਿਸੇ ਧੀ ਨੇ ਕਦੀ ਦਾਜ ਮੰਗਿਆ ਪਿਓ ਤੋਂ ਨਾ ਕਿਸੇ ਪਿਓ ਨੇ ਦਿੱਤਾ ਪਿਓ ਟੀ ਵੀ ਦੇਂਦਾ ਪਹਿਲਾਂ ਮੰਗਣੇ ਵਾਲੇ ਦਿਨ ਆ ਟੀ ਵੀ ਲੈ ਚਲੋ ਦੇ ਆਵਾਂਗੇ ਭਾਈ ਸਾਡੀ ਧੀ ਆਊਗੀ ਉਹ ਵੀ ਨਾਚ ਦੇਖੇਗੀ ਤੁਸੀਂ ਵੀ ਦੇਖਿਆ ਕਰਿਓ ਬਹਿ ਕੇ ਦੁਖੀ ਬਣਿਆ ਕਿਉਂ ਦੁਖੀ ਆ ਗੁਰੂ ਦਾ ਉਪਦੇਸ਼ ਭੁੱਲ ਗਿਆ ਆਪਾਂ ਨੂੰ ਕੋਈ ਗ੍ਰਿਸ਼ਤੀ ਪੰਜ ਬਾਣੀਆਂ ਦਾ ਗੁਟਕਾ ਧੀ ਨੂੰ ਦਾਜ ਨਹੀਂ ਦਿੰਦਾ ਨਾ ਧੀ
ਇੱਥੇ ਨਿਤਨੇਮ ਕਰਦੀ ਰਹੀ ਆ ਅਗਲੇ ਘਰ ਜਾ ਕੇ ਨਾ ਛੱਡਦੀ ਕਿਤੇ ਪੰਜ ਬਾਣੀਆਂ ਦਾ ਗੁਟਕਾ ਨਹੀਂ ਦਾਜ ਦਿੰਦਾ ਇਹਨਾਂ ਨੇ ਗੁਟਕੇ ਦਾਜ ਕੀ ਦੇਣੇ ਇਹਨਾਂ ਦੇ ਘਰ ਤੇ ਨੰਗੇ ਸਿਰ ਧੀਆਂ ਨੱਚਦੇ ਹੁੰਦੇ ਨੇ ਮੁੰਡੇ ਦੇ ਵਿਆਹ ਤੇ ਸਿੱਖਾਂ ਦੇ ਘਰ ਨੰਗੇ ਸਿਰ ਧੀਆਂ ਨੱਚਦੀਆਂ ਅੱਜਕੱਲ ਤੇ ਸਿੱਖ ਉੱਤੋਂ ਦੀ ਪੈਸੇ ਸਿੱਟਦੇ ਜ਼ਮੀਰ ਮਰ ਗਈ ਸਿੱਖੋ ਅੱਜ ਆਪਣੀ ਕਦੀ ਸਿੱਖ ਕਿਸੇ ਦੀ ਧੀਆਂ ਦੇ ਨਾਚ ਨਹੀਂ ਦੇਖ ਸਕਦੇ ਅਸੀਂ ਤਾਂ ਲੋਕਾਂ ਦੀ ਧੀਆਂ ਦੇ ਨੰਗੇ ਸਿਰ ਆਪਣੀਆਂ ਪੱਗਾਂ ਪਾੜ ਪਾੜ ਕੇ ਸਿਰ ਤੇ ਦੇ ਕੇ ਢੱਕੇ ਹੈ ਅੱਜ ਸਿੱਖਾ ਤੇਰੇ ਘਰ ਨੰਗੇ ਸਿਰ ਨਾਚ ਹੋਣ ਲੱਗ ਪਏ ਖੱਜਲ ਖੁਆਰੀ ਕਿਉਂ ਹੋ ਰਹੀ ਆਪਣੀ ਇਸੇ ਕਰਕੇ ਹੋ ਰਹੀ ਅਸੀਂ ਗੁਰੂ ਦੇ ਉਪਦੇਸ਼ ਨੂੰ ਭੁੱਲ ਗਏ ਤੇ ਸਾਡੀ ਜ਼ਮੀਰ ਹੈ ਜਿਹੜੀ ਆਪਾਂ ਕਿੱਲੀ ਤੇ ਟੰਗ ਦਿੱਤੀ ਹੈ ਇਹ ਮਾਈ ਭਾਗੋ ਗਵਾਹੀ ਕਰਕੇ ਲਈ ਉਹਨਾਂ ਸਿੰਘਾਂ ਦੀ ਜਦ ਜਦ ਪੰਥ ਵਿੱਚ ਲੋੜ ਪਈ ਫਿਰ ਮਾਈਆਂ ਨੇ ਵੀ ਅਗਵਾਈ ਕੀਤੀ ਹੈ ਪੰਥ ਦੀ ਜਦੋਂ ਜਦੋਂ ਲੋੜ ਪਈ ਹੈ ਅੱਜ ਲੋੜ ਹੈ ਮਾਈਆਂ ਨੂੰ ਪੰਥ ਦੀ ਅਗਵਾਈ ਕਰਨ ਦੀ ਜੇ ਮਾਈਆਂ ਪਰਨ ਕਰ ਲੈਣ ਕਿ ਅਸੀਂ ਕਿਸੇ ਮਨਮੁੱਖ ਦੇ ਲੜ ਲੱਗਣ ਨਾਲੋਂ ਬੰਦਗੀ ਕਰਕੇ ਜ਼ਿੰਦਗੀ ਗੁਜ਼ਾਰ ਲਾਂਗੀਆਂ ਸਿੱਖ ਦਾ ਪੁੱਤਰ ਕਦੇ ਪਤਤ ਨਹੀਂ ਹੋਏਗਾ ਸਾਧਸੰਗ ਇੱਕ ਵੀ ਸਿੱਖ ਦਾ ਪੁੱਤਰ ਪਤਤ ਨਹੀਂ ਹੋ ਸਕਦਾ ਕਦੇ ਇਹਦੇ ਵਿੱਚ ਪੜ੍ਹੀਆਂ ਲਿਖੀਆਂ ਧੀਆਂ ਦਾ ਬੜਾ ਵੱਡਾ ਰੋਲ ਹੈ ਉਹ ਕਹਿੰਦੇ ਨੇ ਅਸੀਂ ਦਾੜੇ ਕੇਸ ਵਾਲਿਆਂ ਨਾਲ ਸ਼ਾਦੀ ਨਹੀਂ ਕਰਾਉਣੀ ਆ ਮੂੰਹ ਸਿਰ ਮੁੰਨੇ ਨਾਲ ਮਿਲਾ ਕੇ ਹੁਣ ਰੱਬ ਨੂੰ ਚੜ ਗਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ ਧਨ ਸੁਹਾਗਣ ਹੈ ਜਿਹਦਾ ਪਤੀ ਬਾਣੀ ਪੜ੍ਹਨ ਵਾਲਾ ਨਾਮ ਜਪਣ ਵਾਲਾ ਉਹ ਸੁਹਾਗਣ ਧਨ ਹੈ ਅੱਜ ਲੋੜ ਹੈ ਮਾਈਆਂ ਨੂੰ ਬੀੜਾ ਚੱਕਣ ਦੀ ਅਗਵਾਈ ਕਰਨ ਦੀ ਲੋੜ ਅੱਜ ਮਾਈਆਂ ਨੂੰ ਇੱਥੇ ਜੰਗ ਹੋਇਆ ਮੁਕਤਸਰ ਸਿੰਘਾਂ ਨੇ ਜਿੱਤ ਲਿਆ 5000 ਫੌਜ ਲੈ ਕੇ ਵਜ਼ੀਰ ਖਾਂ ਆਇਆ ਸੀ ਮੂੰਹ ਦੀਆਂ ਖਾ ਕੇ ਮੁੜ ਗਿਆ ਉਹ ਧਰਤੀ ਨੂੰ ਮੁਕਤਸਰ ਦਾ ਮਾਣ ਬਖਸ਼ਿਆ ਮਹਾਰਾਜ ਨੇ ਉਹ ਜਿਹੜੇ ਸ਼ਹੀਦ ਉਹਨਾਂ ਨੂੰ 40 ਮੁਕਤਿਆਂ ਦਾ ਵਰਦਾਨ ਦਿੱਤਾ ਇੱਥੋਂ ਚੱਲ ਪਏ ਮਹਾਰਾਜ ਉਸ ਧਰਤੀ ਨੂੰ ਸਬਜ ਬਾਜ ਕਰਦੇ ਹੋਏ ਜਿਹੜਾ ਲਿਹਾ ਪੱਖੜਾ ਛਿਛਰਾ ਟਿੱਬੇ ਬਰਾਨੀ ਇਲਾਕਾ ਤੁਰੇ ਜਾ ਰਹੇ ਨੇ ਮਹਾਰਾਜ ਫੌਜ ਨਾਲ ਹੈ ਮਹਾਰਾਜ ਦੇ ਸਨਬੱਧ ਸੂਰਮੇ ਸ਼ਸਤਰਧਾਰੀ ਇੱਕ ਕਾਲਾ ਤਿੱਤਰ ਥੇ ਤੇ ਬੋਲ ਰਿਹਾ ਝਾੜ ਨੇ ਛਿਛਰੇ ਨੇ ਲਿਹਾ ਕਾਹੀ ਹੈ ਕਾਨੇ ਖੜੇ ਨੇ ਹੌਕੇ ਲੈ ਕੇ ਬੋਲਦਾ ਕਾਲਾ ਤਿੱਤਰ ਉਹ ਬੋਲਦਾ ਤਾਂ ਆਪਣੀ ਬੋਲੀ ਹੈ ਪਤਾ ਨਹੀਂ ਕੀ ਕਹਿੰਦਾ ਪਰ ਲੋਕੀ ਆਪੋ ਆਪਣੇ ਖਿਆਲਾਂ ਨਾਲ ਉਸ ਤਰ੍ਹਾਂ ਸਮਝਦੇ ਨੇ ਜਿਵੇਂ ਦੇ ਆਪਣੇ ਖਿਆਲ ਨੇ ਤਿੰਨ ਜਣੇ ਤੁਰੇ ਜਾਂਦੇ ਸੀ ਇੱਕ ਭਲਵਾਨ ਇੱਕ ਫਕੀਰ ਇੱਕ ਸਬਜ਼ੀ ਵੇਚਣ ਵਾਲਾ ਇੱਕ ਕਾਲਾ ਤਿੱਤਰ ਬੋਲ ਰਿਹਾ ਸੀ ਇਹ ਤਿੰਨੇ ਗੱਲਾਂ ਕਰਦੇ ਕਹਿੰਦੇ ਕੀ ਕਹਿੰਦਾ ਤਿੱਤਰ ਇੱਕ ਭਲਵਾਨ ਸੀ ਇੱਕ ਫਕੀਰ ਸੀ ਇੱਕ ਸਬਜ਼ੀ ਵੇਚਣ ਵਾਲਾ ਸੀ ਭਲਵਾਨ ਨੂੰ ਪੁੱਛਦੇ ਨੇ ਭਲਵਾਨ ਜੀ ਕਾਲਾ ਤਿੱਤਰ ਕੀ ਕਹਿੰਦਾ ਹੈ ਭਲਵਾਨ ਕਹਿੰਦਾ ਇਹ ਕਹਿੰਦਾ ਡੰਡ ਬੈਠਕ ਕਸਰਤ ਇਹ ਵੀ ਉਹਦੀ ਆਵਾਜ਼ ਨਾਲ ਮਿਲਦੀ ਹੋਈ ਹੈ ਕਹਿੰਦੇ ਕਹਿੰਦਾ ਡੰਡ ਬੈਠਕ ਕਸਰਤ ਸਬਜ਼ੀ ਵਾਲੇ ਨੂੰ ਪੁੱਛਿਆ ਤੁਸੀਂ ਦੱਸੋ ਕੀ ਕਹਿੰਦਾ ਕਾਲਾ ਤਿੱਤਰ ਉਹ ਸਬਜ਼ੀ ਵਾਲਾ ਕਹਿੰਦਾ ਇਹ ਕਹਿੰਦਾ ਨੂਣ ਤੇਲ ਅਦਰਕ ਇਹ ਵੀ ਉਹਦੀ ਆਵਾਜ਼ ਨਾਲ ਮਿਲਦੀ ਹੈ ਫਕੀਰ ਨੂੰ ਪੁੱਛਿਆ ਫਕੀਰ ਸਾਈਂ ਤੂੰ ਦੱਸ ਕਹਿੰਦਾ ਸੁਭਾਨ ਤੇਰੀ ਕੁਦਰਤ ਹੁਣ ਹੈ ਤਾਂ ਇੱਕੋ ਹੀ ਇਹ ਖਿਆਲ ਕਿਹੋ ਜਿਹੇ ਨੇ ਆਪਾਂ ਨੂੰ ਦੁਨੀਆਂ ਇਹੋ ਜਿਹੇ ਲੱਗ ਰਹੀ ਹੈ ਜਿਹੋ ਜਿਹੇ ਆਪਣੇ ਖਿਆਲ ਨੇ ਜੇ ਤਾਂ ਆਪਣੇ ਖਿਆਲ ਸ਼ੁੱਧ ਨੇ ਤਾਂ ਦੁਨੀਆਂ ਵੀ ਆਪਾਂ ਨੂੰ ਸ਼ੁੱਧ ਲੱਗੇਗੀ ਜੇ ਖਿਆਲ ਮੈਲੇ ਨੇ
ਫਿਰ ਭੈਣ ਭਾਈ ਤੁਰੇ ਜਾ ਰਹੇ ਨੇ ਆਪਣੇ ਖਿਆਲ ਅੰਦਰ ਕੀ ਪੈਦਾ ਹੋ ਰਹੇ ਨੇ ਬਸ ਤੇਰੇ ਖਿਆਲਾਂ ਦੀ ਗਿਣਤੀ ਮਿੰਤੀ ਹੈ ਜਿਹੜਾ ਸੰਸਾਰ ਹੈ ਜਦ ਤੇਰੇ ਖਿਆਲ ਸ਼ੁੱਧ ਹੋ ਜਾਣਗੇ ਇਹ ਸਾਰੀ ਧਰਤੀ ਬ੍ਰਹਮਾਕਾਰ ਹੋ ਜਾਏਗੀ ਇਹ ਜਗਤ ਹਰ ਕਾ ਰੂਪ ਹੈ ਅਰੂਪ ਨਜ਼ਰੀਆ ਹੈ ਇਹ ਸਾਰਾ ਸੰਸਾਰ ਹਰੀ ਦਾ ਰੂਪ ਦਿਸਣ ਲੱਗ ਜਾਏਗਾ ਤੈਨੂੰ ਉਹ ਕਾਲਾ ਤਿੱਤਰ ਬੋਲ ਰਿਹਾ ਥੇ ਦੇ ਉੱਤੇ ਕਲਗੀਧਰ ਪਾਤਸ਼ਾਹ ਰੁਕ ਗਏ ਉਹਦੇ ਵੱਲ ਦੇਖਦੇ ਨੇ ਇਹ ਬਾਣੀ ਦਾ ਸ਼ਬਦ ਪੜ੍ਹਦੇ ਮਹਾਰਾਜ ਭੂਮੀਆ ਭੂਮ ਭੂਮੀਆ ਭੂਮ ਪਰ ਨਿਤਲੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋਈ ਵੱਡਾ ਜਿਨ ਰਾਮ ਨੇ ਵਿਲਾਈ ਭੂਮੀਆ ਭੂਮ ਉੱਪਰ ਨਿਤ ਲੂਜੈ ਛੋੜ ਚਲੇ ਤ੍ਰਿਸ਼ਨਾ ਨੀ ਬੂਜੈ ਕਹੋ ਨਾਨਕ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਿੰਘ ਪੁੱਛਦੇ ਮਹਾਰਾਜ ਇੱਥੇ ਜੰਗਲ ਹੈ ਇਹ ਸ਼ਬਦ ਆਪ ਜੀ ਨੇ ਕਿਹਦੇ ਪਰਥਾਏ ਪੜਿਆ ਮਹਾਰਾਜ ਕਹਿੰਦੇ ਸਿੰਘੋ ਆ ਤਿੱਤਰ ਬੋਲਦਾ ਥੇ ਦੇ ਉੱਤੇ ਅੱਖ ਤੋਂ ਕਾਣਾ ਇਹਨੂੰ ਜਿਉਂਦੇ ਨੂੰ ਫੜ ਕੇ ਲਿਆਉਣਾ ਸਿੰਘਾਂ ਨੇ ਕਮਰ ਕੱਸੇ ਕਰ ਲਏ ਉੱਡਿਆ ਤਾਂ ਬਥੇਰਾ ਤਿੱਤਰ ਪਰ ਸਿੰਘਾਂ ਦੇ ਅੱਗੇ ਕਿਹਦੇ ਉਡਾਰੀਆਂ ਚੱਲੀਆਂ ਨਹੀਂ ਕਦੇ ਜਿਹਨੇ ਦਸਤ ਪੰਜਾ ਲਿਆ ਨਾ ਇਹਨਾਂ ਨਾਲ ਉਹਦੀ ਨੀਂਦ ਹਰਾਮ ਕਰ ਦਿੰਦੇ ਆ ਫਿਰ ਠੀਕ ਹੈ ਭਲਾ ਵੀ ਸਰਬੱਤ ਦਾ ਮੰਗਦੇ ਬੁਰਾ ਵੀ ਨਹੀਂ ਕਿਸੇ ਦਾ ਮੰਗਦੇ ਕਦੀ ਪਰ ਜਿਹੜਾ ਇਹਨਾਂ ਦਾ ਮੱਥਾ ਲਾ ਲਵੇ ਨੇ ਭਾਵੇਂ ਸੱਤ ਸਮੁੰਦਰ ਟੱਪ ਜਾਏ ਫਿਰ ਉੱਥੇ ਜਾ ਕੇ ਵੀ ਟੱਕਰਦੇ ਨੇ ਉਹਨੂੰ ਇਹ ਤਿਆਰ ਪ੍ਰਚਾਰ ਵੀ ਇੰਨੇ ਆ ਅਰਦਾਸ ਕਰਕੇ ਉਹਨਾਂ ਚਿਰ ਇਹਨਾਂ ਦੀ ਅਰਦਾਸ ਨਹੀਂ ਮੁੱਕਦੀ ਅਰਦਾਸ ਕਰੀ ਜਾਣਗੇ ਕਰੀ ਜਾਣਗੇ
ਉਦੋਂ ਮੁੱਕੇਗੀ ਅਰਦਾਸ ਜਦੋਂ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਪਰਮੇਸ਼ਰ ਸਮੁੱਚੀ ਲਕਾਈ ਦਾ ਭਲਾ ਕਰੀ ਸਾਰੇ ਸੰਸਾਰ ਦਾ, ਕੱਲਾ ਆਪਣਾ ਭਲਾ ਨਹੀਂ ਮੰਗਦੇ। ਜੇ ਕੋਈ ਨਿਮਰਤਾ ਨਾਲ ਆਵੇ ਤਾਂ ਉਹਨੂੰ ਦੇਗ ਦਿੰਦੇ ਨੇ, ਜੇ ਕੋਈ ਚੜ੍ਹ ਕੇ ਆਵੇ ਫਿਰ ਤੇਗ। ਨਿਭ ਕੇ ਆਏ ਨੂੰ ਦੇਗ, ਚੜ੍ਹ ਕੇ ਆਏ ਨੂੰ ਤੇਗ। ਕੋਈ ਤਾਕਤ ਆ ਜਾਵੇ ਭਾਵੇਂ, ਇੱਕ ਝੁਕਦਾ ਕਾਲ ਪੁਰਖ ਦੇ ਅੱਗੇ, ਕਿਸੇ ਅੱਗੇ ਝੁਕਦਾ ਨਹੀਂ ਹੈ। ਇਹ ਤਾਂ ਸਾਡੇ ਝੋਲੀ ਚੱਕ ਜਿਹੜੇ ਬਣੇ ਹੋਏ ਨੇ ਇਹਨਾਂ ਨੇ ਮਾਰਿਆ ਹੋਇਆ। ਇਹ ਖਾਲਸਾ ਤਾਂ ਕਿਸੇ ਅੱਗੇ ਝੁਕਿਆ ਨਹੀਂ ਕਦੇ ਸਾਧ। ਬੜਾ ਤਿੱਤਰ ਉੱਡਿਆ, ਉਡਾਰੀਆਂ ਬੜੀਆਂ ਮਾਰੀਆਂ, ਸਿੰਘਾਂ ਦੇ ਬਸਤਰ ਚੋਲੇ ਤਾਂ ਫਟ ਗਏ, ਝਾੜੀਆਂ ਨਾਲ ਰਲ ਕੇ ਝਰੀਟਾਂ ਆ ਗਈਆਂ, ਤਾਂ ਜਿਉਂਦਾ ਫੜ ਲਿਆਂਦਾ ਸਿੰਘਾਂ ਨੇ ਤਿੱਤਰ। ਦੇਖਿਆ ਅੱਖ ਤੋਂ ਕਾਣਾ, ਮਹਾਰਾਜ ਕਹਿੰਦੇ ਆ ਜਿਹੜਾ ਥੇ ਹੈ ਨਾ, ਇਹਦਾ ਸ਼ਹਿਰ ਸੀ, ਨਵਾਬ ਸੀ ਇੱਥੋਂ ਦਾ। ਹੁਣ ਮਰੀ ਜਾਂਦਾ, ਜੰਮੀ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ, ਇਹਦੀ ਵਾਸ਼ਨਾ ਨਹੀਂ ਜਾਂਦੀ ਇੱਥੋਂ। ਹੁਣ ਵੀ ਹੋਕੇ ਲੈ ਲੈ ਕੇ ਬੋਲ ਰਿਹਾ ਸੀ ਵੀ ਮੈਂ ਇਹਦਾ ਮਾਲਕ ਹਾਂ। ਕਈ ਜਨਮ ਇੱਕ ਥਾਂ ਦੀ ਧਰੀ ਜਨਮੀ ਜਾਂਦਾ ਸਾ ਇੱਕ ਥਾਂ ਤੇ, ਕਿਤਿਆਂ ਕੇ ਬਾਪ, ਕਿਤਿਆਂ ਕੇ ਬੇਟੇ, ਕਿਤੇ ਗੁਰ ਚੇਲੇ ਹੁਣ ਹੋਏ ਉੱਥੇ ਹੀ। ਕਦੀ ਪਿਓ ਬਣਦਾ ਫਿਰ ਉਹਦੇ ਅੱਗੇ ਆ ਕੇ ਪੁੱਤਰ ਬਣ ਜਾਂਦਾ, ਆਪ ਹੀ ਉੱਥੇ ਹਿਸਾਬ ਨਿਬੜੀ ਜਾਂਦਾ, ਦੇਈ ਜਾਂਦਾ, ਲਈ ਜਾਂਦਾ, ਲੇਖਾ ਆ। ਇਹ ਜਿੱਥੇ ਵਾਸ਼ਨਾ ਹੋਵੇਗੀ ਉੱਥੇ ਇਹਨੂੰ ਜਨਮ ਹੋਏਗਾ। ਜਦੋਂ ਮਨੋ ਵਾਸ਼ਨਾ ਹੈ, ਤੱਤ ਗਿਆਨ ਹੁੰਦਾ, ਫਿਰ ਇਹਦਾ ਜੰਮਣ ਮਰਨ ਮੁੱਕਦਾ। ਜਿੰਨਾ ਚਿਰ ਗਿਆਨ ਅਵਸਥਾ ਤੱਕ ਨਹੀਂ ਨਾ ਜਾਂਦਾ, ਜਿਹੜੇ ਚੰਗੇ ਕਰਮ ਕਰਦੇ ਨੇ ਚੰਗਾ ਜਨਮ ਮਿਲ ਜਾਂਦਾ, ਮਾੜੇ ਕਰਮ ਕਰਦੇ ਨੇ ਮਾੜਾ ਜਨਮ ਮਿਲ ਜਾਂਦਾ। ਜਦ ਇਹ ਬੰਦਗੀ ਕਰਦਾ, ਸਿਮਰਨ ਕਰਦਾ, ਫਿਰ ਇਹ ਗਿਆਨ ਇਹਨੂੰ ਪ੍ਰਾਪਤ ਹੁੰਦਾ। ਫਿਰ ਗਿਆਨਾ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ, ਫਿਰ ਮੁਕਤ ਹੋ ਜਾਂਦਾ, ਇਹਦੇ ਸਾਰੇ ਕਰਮ ਧਰਮ ਮੁੱਕ ਜਾਂਦੇ। ਇਸ ਕਰਕੇ ਭਾਈ ਹੁਣ ਗੁਰੂ ਵਾਲੇ ਬਣੇ ਆ, ਮਨੁੱਖਾ ਜਨਮ ਮਿਲਿਆ, ਗੁਰੂ ਵਾਲੇ ਬਣਾਂਗੇ, ਸਿਮਰ ਭਜਨ ਕਰਾਂਗੇ, ਫਿਰ ਆਪਣੀ ਵਾਸ਼ਨਾ ਗੁਰੂ ਦੇ ਚਰਨਾਂ 'ਚ ਰਹੇਗੀ। ਨਹੀਂ ਤਾਂ ਫਿਰ ਜਿੱਥੇ ਵਾਸ਼ਨਾ ਪੱਕ ਗਈ ਨਾ, ਉੱਥੇ ਫਿਰ ਜਨਮ ਮਿਲੇਗਾ ਮੁੜ ਕੇ। ਘਰ ਵਿੱਚ ਰਹੋ, ਪਰਿਵਾਰ ਵਿੱਚ ਰਹੋ, ਬਾਲ ਬੱਚਿਆਂ ਦੀ ਪਾਲਣਾ ਕਰੋ, ਮੋਹ ਪਿਆਰ ਵੀ ਕਰੋ ਇਹਨਾਂ ਨਾਲ, ਪਰ ਗੁਰੂ ਵਾਲੇ ਬਣ ਕੇ ਨਾਲ ਸਿਮਰਨ ਵੀ ਕਰੋ, ਬੰਦਗੀ ਵੀ ਕਰੋ, ਤਾਂ ਆਪਣਾ ਧਾਰਿਆ ਮਨੁੱਖਾ ਜਨਮ ਸਫਲਾ ਹੋਏਗਾ। ਤਿੰਨ ਦੀਵਾਨ ਮਿਲੇ ਸੀ ਨੂਰਪੁਰੇ ਦੀ ਸੰਗਤ ਨੂੰ, ਅੱਜ ਤੀਜਾ ਦੀਵਾਨ ਸਮਾਪਤ ਹੋ ਗਿਆ। ਅੱਜ ਘੱਗੇ, ਕਾਲਗੜ੍ਹ ਘੱਗਾ, ਉੱਥੇ ਦੀਵਾਨ ਸ਼ੁਰੂ ਹੋ ਗਏ। ਇਹ ਰਾਤ ਦੇ ਨਾਲ ਅਮਲੋਹ ਸ਼ਹਿਰ 'ਚ ਚੱਲਦੇ ਆ ਦੀਵਾਨ, ਡਬਲ ਦੀਵਾਨ ਚੱਲਦੇ ਆ ਸਾਰੇ। ਸੋ ਸਾਧ ਸੰਗਤ ਜੀ, ਬਹੁਤ ਸ਼ਰਧਾ, ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ। ਗੁਰੂ ਕਿਰਪਾ ਕਰੇ, ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ, ਚੜ੍ਹਦੀ ਕਲਾ ਬਖਸ਼ੇ ਮਹਾਰਾਜ। ਹੁਣ ਸਾਰੇ ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਸੁਖਾਸਨ ਦੀ ਸੇਵਾ ਹੁੰਦਿਆਂ ਤੱਕ ਪ੍ਰਬੰਧਕਾਂ ਨੇ ਸਨਮਾਨ ਕਰਨਾ, ਜਿਹੜੇ ਸੇਵਾਦਾਰ ਨੇ ਸਿਰ ਉਪਾਓ ਦੇ ਕੇ, ਫਿਰ ਮਹਾਰਾਜ ਸਰੂਪ ਜਾਣਗੇ, ਫਿਰ ਸਾਰੀ ਸੰਗਤ ਨੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਗੁਰੂ ਅੰਗਦ ਸਾਹਿਬ ਜੀ।
ਧਨ ਹੈ ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਵਨ ਦਿਆ ਵੈ ਧਾਏ ਸਭ ਥਾਈ ਹੁਣਾਂ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੁਣਾਂ ਜੀ ਸਹਾਏ
ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚੇਤਾ ਆਵਣ ਤਾਂ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਕਰਨਾ ਨਿਧਾਨ ਅੰਤਰ ਜਾਮੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੁਟਾਨ ਕੋਟ ਧੰਨਵਾਦ ਸ਼ੁਕਰ ਹੈ ਸੰਗਤਾਂ ਨੂੰ ਖੁੱਲੇ ਪੰਡਾਲਾਂ ਵਿੱਚ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਉਸ ਤੋਂ ਉਪਰੰਤ ਪਿੰਡ ਨੂਰਪੁਰਾ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਆਪ ਜੀਆਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਤਿੰਨ ਦਿਨਾਂ ਦੇ ਗੁਰਮਤਿ ਸਮਾਗਮ ਰੱਖੇ ਸਨ ਪਾਤਸ਼ਾਹ ਜੀਓ ਅੱਜ ਆਪ ਜੀ ਦੀ ਮਿਹਰ ਕਿਰਪਾ ਬਖਸ਼ ਸਦਕਾ ਤੀਸਰੇ ਸਮਾਗਮ ਦੇ ਤੀਸਰੇ ਪਹਿਰ ਦੇ ਦੀਵਾਨ ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਜਾਏ ਗਏ ਸਜੇ ਦੀਵਾਨਾਂ ਵਿੱਚ ਕਥਾ ਕੀਰਤਨ ਪਵਿੱਤਰ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਕਥਾ ਕੀਰਤਨ ਪਵਿੱਤਰ ਗੁਰਬਾਣੀ ਦੁਆਰਾ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਜੀ ਬਖਸ਼ੰਦ ਪਿਤਾ ਹੋ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਇਹਨਾਂ ਹੋਈਆਂ ਵਿਚਾਰਾਂ ਦਾ ਸਿਧਾਂਤ ਪੜ੍ਹੀ ਸੁਣੀ ਗੁਰਬਾਣੀ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਉਣਾ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਚੱਲਿਆ ਹੋਇਆ ਕਦਮ ਸਵਾਸ ਲਿਖੇ ਵਿੱਚ ਲਾਉਣੇ ਹਾਜ਼ਰੀਆਂ ਆਪਣੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਤਿੰਨ ਦਿਨਾਂ ਤੋਂ ਜਿੰਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਾਰਿਆਂ ਦੀ ਸੇਵਾ ਲਿਖੇ ਲਾਉਣੀ ਮਨੋਕਾਮਨਾ ਪੂਰਨ ਕਰਨੀਆਂ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਣੀ ਪਾਤਸ਼ਾਹ ਜੀ ਉਹ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਹਨ ਅੰਗੀਕਾਰ ਕਰੋ ਸੰਗਤਾਂ ਦੇ ਲੋਕ ਪ੍ਰਲੋਕ ਵਿੱਚ ਇੱਜ਼ਤ ਰੂਪੀ ਪੜਦੇ ਕੱਜਣੇ ਕਾਮ ਕ੍ਰੋਧ ਮੋਹ ਈਰਖਾ ਕੁਸੰਗਤ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਣੀ ਸੱਚੇ ਪਾਤਸ਼ਾਹ ਜੀ ਉਹ ਕਰੋ ਕਿਰਪਾ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਆਪ ਜੀਆਂ ਦੇ ਦਰ ਤੇ ਜੋ ਜੀ ਆਵੇ ਸਦਾ ਰਾਜੀ ਜਾਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪਨਾ
ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਮਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਕ ਜਾ ਕਾ ਸਤਿਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਕ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰਾ ਹੀਅਰੈ ਸੰਗ ਪੁਨੀਤਾ ਦੇਹੇ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸਹਿ ਮੇਰਾ ਹੀਅਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।